VPO Web International Media Valo, Thwadi Lee Pesh Kardia, Haftavari Program, Awaz International, A Program, Punjab Rocks De Sahyog De Naal, Pesh Kita Janda Hai. Sare Srotianu, Miri Nav Bhatti Valo, Sasriya Akal. Aj, Me Mahine Di, 19 Tarik Hai, Sun 2019. Aur Is Vakt, Toronto De Vich, Sham De, 8 Vajje Han. ते जे आज वेदर वाइज गल करिए ते टोरंटो दे विच आज दा दिन काफी वार्म रहा इनफैक्ट आज इस साल दा इस सब तो वार्म दिन सेगा मिड 20s तो लाके हाई 20s तक टेंपरेचर रहा और कुछ एरियाज दे विच ह्यूमिडिटी नाल 30s तक भी फील होया पर ए जेड़ा Warmest day of the year jeda sega e apne naal southern ontario de vich strong jede thunderstorms vi leke aaya te ehi predict kita gaya sega weather network valo ki aj da din jeda baad de vich din cap off karne layi kafi strong jede thunderstorms o aange te e jeda summer like weather hega e just in time aaya ਜਦੋਂ ਕਿ ਅੰਟੇਰੀਓ ਦੇ ਵਿੱਚ ਸੋਰੀ ਕੈਨੇਡਾ ਦੇ ਵਿੱਚ ਪਹਿਲਾ ਲੌਂਗ ਵੀਕੈਂਡ ਸੀਗਾ ਆਊਟਡੋਰ ਸੀਜ਼ਨ ਦੇ ਲਈ ਪਰ ਇੱਕ ਹੁਣ ਨਾਲ ਦੀ ਨਾਲ ਬਦਕਿਸਮਤੀ ਦੇ ਨਾਲ ਜਿਹੜੇ ਸਟਰੋਂਗ ਥੰਡਰਸਟੋਰਮਸ ਨੇ ਉਹ ਵੀ ਪ੍ਰੋਵਿੰਸ ਦੇ ਵਿੱਚ ਆ ਰਹੇ ਨੇ ਔਰ ਪ੍ਰਡਿਕਟ ਕੀਤਾ ਜਾ ਰਿਹਾ ਕਿ ਕਾਫੀ ਤੇਜ਼ ਹਵਾ ਵੀ ਚੱਲੇਗੀ ਔਰ ਨਾਲ ਦੀ ਨਾਲ ਗੜੇ ਵੀ ਪੈਣਗੇ ਇੱਦਾਂ ਦੇ ਜਿਹੜੇ ਥੰਡਰਸਟਾਰਮਸ ਆ ਜਾਂਦੇ ਨੇ ਨਾ ਅਤੇ ਇਹ ਫਿਰ ਜਿਹੜਾ ਹੁਣ ਸਾਰੇ ਰੀਜਨ ਦੇ ਵਿੱਚ ਜਿਹੜੀ ਫਾਇਰਵਰਕਸ ਹੋਣੇ ਨੇ ਕੱਲ੍ਹ ਨੂੰ ਉਹਨਾਂ ਦੇ ਲਈ ਥੋੜ੍ਹੀ ਜਿਹੀ ਮੁਸੀਬਤ ਲੈ ਕੇ ਆ ਜਾਂਦੇ ਨੇ ਅਤੇ ਇਹ ਜਿਹੜਾ ਸਮਰ ਲਾਈਕ ਅੱਜ ਜਿਹੜਾ ਦਿਨ ਸੀਗਾ ਬਹੁਤ ਹੀ ਗਰਮ ਸੀਗਾ ਅਤੇ ਐਜ਼ ਆਈ ਸੈਡ ਕਿ ਕਿਸੇ ਏਰੀਆਜ਼ ਦੇ ਵਿੱਚ ਇਹ ਹਿਊਮਿਡਿਟੀ ਕਰਕੇ ਈਵਨ ਲੋ 30s ਤੱਕ ਵੀ ਮਹਿਸੂਸ ਕੀਤਾ ਗਿਆ ਪਰ ਜਿਹੜਾ ਹੁਣ ਥੰਡਰਸਟਾਰਮਸ ਆ ਜਾਣੇ ਆ ਕਰਕੇ ਉਹਦੇ ਨਾਲ ਟੈਂਪਰੇਚਰ ਜਿਹੜਾ ਫਿਰ ਜਿਹੜਾ ਡਰੋਪ ਡਾਊਨ ਹੋ ਜਾਣਾ ਸੋ ਮੰਡੇ ਦੇ ਲਈ ਇਹ ਜਿਹੜਾ ਟੈਂਪਰੇਚਰ ਹੈ ਤਕਰੀਬਨ ਸੀਜ਼ਨਲ ਤੱਕ ਡਰੋਪ ਹੋ ਹੀ ਜਾਏਗਾ ਅਤੇ ਦੋਸਤੋ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-543-2078 'ਤੇ ਅਤੇ ਆਪਣੀਆਂ ਗੱਲਾਂ ਜਿਹੜੀਆਂ ਨੇ ਆਪਣੀ ਕੋਈ ਤੁਸੀਂ ਕੁਛ ਦੱਸਣਾ ਚਾਹੁੰਦੇ ਹੋ ਉਹ ਵੀ ਤੁਸੀਂ ਨਾਲ ਦੀ ਨਾਲ ਸ਼ੇਅਰ ਕਰ ਸਕਦੇ ਹੋ ਬਾਕੀ ਸਾਰੇ ਲਿਸਨਰਸ ਦੇ ਨਾਲ ਜ਼ਿੰਦਗੀ ਅਜੀਬ ਹੈ ਜ਼ਿੰਦਗੀ ਪਿਆਰੀ ਹੈ ਜ਼ਿੰਦਗੀ ਕੰਡਿਆਲੀ ਤਾਰ ਹੈ ਜ਼ਿੰਦਗੀ ਫੁੱਲਾਂ ਦੀ ਸੇਜ ਹੈ ਜ਼ਿੰਦਗੀ ਅਨਪ੍ਰੈਡਿਕਟੇਬਲ ਹੈ ਹਾਂ ਗੱਲ ਤਾਂ ਸਹੀ ਹੈ ਜ਼ਿੰਦਗੀ ਦਾ ਕੀ ਪਤਾ ਕਿਸ ਮੋੜ ਉੱਤੇ ਕੀ ਵਾਪਰ ਜੇ ਫਿਰ ਕਰੀਏ ਕੀ ਜੇਕਰ ਤੁਸੀਂ ਟੋਰਾਂਟੋ 'ਚ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ ਹੋਲ ਲਾਈਫ ਟਰਮ ਲਾਈਫ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਿਡ ਫੰਡਸ TFSA RESP RRSP ਤਾਂ ਤੁਸੀਂ ਨਵ ਭੱਟੀ ਜੀ ਨੂੰ ਕਾਲ ਕਰ ਸਕਦੇ ਹੋ ਨੰਬਰ ਹੈ 416-543-2078 416-543-2078 ਤੇ ਦੋਸਤੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਤੁਸੀਂ ਆਪਣੀਆਂ ਜਿਹੜੀਆਂ ਰਿਕਾਰਡਿੰਗਸ ਨੇ ਤੁਸੀਂ ਉਹ ਬਿਨਾਂ ਮਿਊਜ਼ਿਕ ਤੋਂ ਰਿਕਾਰਡ ਕਰਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 416-543-2078 ਤੇ ਜਾਂ ਫਿਰ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈ ਆਵਾਜ਼ ਇੰਟਰਨੈਸ਼ਨਲ AWAZ ਇੰਟਰਨੈਸ਼ਨਲ ਉਹਦੇ 'ਤੇ ਇਨਬੋਕਸ ਮੈਸੇਜ ਵੀ ਕਰ ਸਕਦੇ ਹੋ ਆਪਣੀ ਆਵਾਜ਼ ਦੇ ਵਿੱਚ ਤੁਸੀਂ ਕੋਈ ਆਪਣੀ ਹੀ ਲਿਖੀ ਹੋਈ ਸਟੋਰੀ ਬੋਲ ਕੇ ਜਾਂ ਫਿਰ ਆਪਣੀ ਆਵਾਜ਼ ਦੇ ਵਿੱਚ ਕੋਈ ਆਪਣਾ ਫੇਵਰੇਟ ਗੀਤ ਜਿਹੜਾ ਤੁਹਾਡਾ ਹੈ ਉਹ ਤੁਸੀਂ ਗਾ ਕੇ ਪਰ ਬਿਨਾਂ ਮਿਊਜ਼ਿਕ ਤੋਂ ਉਹ ਤੁਸੀਂ ਮੈਨੂੰ ਭੇਜ ਸਕਦੇ ਹੋ ਅਤੇ ਮੈਂ ਉਸਨੂੰ ਇਸ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਜ਼ਰੂਰ ਬਣਾਉਂਗੀ ਅਤੇ ਸੁਣਦੇ ਹਾਂ ਇੱਕ ਐਸਾ ਹੀ ਗੀਤ ਜਿਹੜਾ ਬਿਨਾਂ ਮਿਊਜ਼ਿਕ ਤੋਂ ਸੋ ਇੰਜੋਏ ਦਿਸ ਮਿਊਜ਼ਿਕ ਇਤਨੀ ਮੁਹੱਬਤ ਕਰੋ ਨਾ ਮੈਂ ਡੂਬ ਨਾ ਜਾਊਂ ਕਹੀਂ
वापस किनारे पे आना, मैं भूल न जाऊं कहीं, देखा जब से है चेहरा तेरा, मैं तो हफ्तों से सोया नहीं। बोल दो ना जरा दिल में जो है छिपा, मैं किसी से कहूँगा नहीं, मैं किसी से कहूँगा नहीं। बोल दो ना जरा दिल में जो है छिपा, मैं किसी से कहूँगा नहीं। मुझे नींद आती नहीं है अकेले, ख्वाबों में आया करो, नहीं चल सकूंगा तुम्हारे बिना मैं, मेरा तुम सहारा बनो। एक तुम्हें चाहने के अलावा और कुछ हमसे होगा नहीं। बोल दो ना जरा दिल में जो है छिपा, मैं किसी से कहूँगा नहीं, मैं किसी से कहूँगा नहीं। हमारी कमी तुमको महसूस होगी, भिगा देंगी जब बारिशें, मैं भर कर के लाया हूँ आँखों में अपनी अधूरी से कुछ ख्वाहिशें। रूह से चाहने वाले आशिक बातें जिस्मों की करते नहीं। बोल दो ना जरा दिल में जो है छिपा, मैं किसी से कहूँगा नहीं। बोल दो ना जरा दिल में जो है छिपा, मैं किसी से कहूँगा नहीं। जी दोस्तों, तुसी सुन रहे सीगे एक खूबसूरत गीत हरोहित साहबो दी आवाज दे विच। ਵਾਕਿਆ ਹੀ ਜਦੋਂ ਅਸੀਂ ਕਿਸੇ ਵੀ ਸੌਂਗ ਨੂੰ ਅਸੀਂ ਗਾਉਂਦੇ ਹਾਂ ਬਿਨਾਂ ਮਿਊਜ਼ਿਕ ਤੋਂ ਬਹੁਤ ਹਾਰਡ ਹੁੰਦਾ, ਪਰ ਮੈਨੂੰ ਲੱਗਦਾ ਕਿ ਇਸ ਗੀਤ ਦੇ ਵਿੱਚ ਹਰੋਹਿਤ ਸਾਬੂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਗੀਤ ਨੂੰ ਗਾਇਆ। ਅਤੇ ਕੱਲ੍ਹ ਨੂੰ ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਹਰ ਕਿਸੇ ਨੂੰ ਪਤਾ ਹੈ ਕਿ ਵਿਕਟੋਰੀਆ ਡੇ ਕੱਲ੍ਹ ਨੂੰ ਜਿਹੜਾ ਮਨਾਇਆ ਜਾ ਰਿਹਾ, ਅਤੇ ਜਿਹੜਾ ਇਹ ਵਿਕਟੋਰੀਆ ਡੇ ਅਸੀਂ ਜਦੋਂ ਵੀ ਮਨਾਉਂਦੇ ਹਾਂ ਨਾ, ਅਤੇ ਇਹ ਸਾਡੇ ਲਈ ਇੱਕ ਲੈ ਕੇ ਆਉਂਦਾ ਹੈਗਾ ਆ ਕਿ ਹੁਣ ਜਿਹੜੀ ਆ ਸਮਰ ਆ ਉਹ ਜਸਟ ਅਰਾਊਂਡ ਦੀ ਕੋਰਨਰ ਹੈਗੀ ਆ। ਅਤੇ ਇਹ ਜਿਹੜਾ ਵਿਕਟੋਰੀਆ ਡੇ ਆ ਇਹ ਕੈਨੇਡਾ ਅਤੇ ਸਕੋਟਲੈਂਡ ਦੇ ਵਿੱਚ ਮਨਾਇਆ ਜਾਂਦਾ ਆ। ਅਤੇ ਇਸ ਦਿਨ ਨੂੰ ਮਨਾਉਣੇ ਦੀ ਜਿਹੜੀ ਵਜ੍ਹਾ ਹੈਗੀ ਆ, ਕੁਈਨ ਵਿਕਟੋਰੀਆ ਦਾ ਬਰਥਡੇ, ਉਸਨੂੰ ਅਸੀਂ ਆਨਰ ਦੇਣੇ ਦੇ ਲਈ ਅੱਜ ਇਹ ਜਿਹੜਾ ਕੱਲ੍ਹ ਦਾ ਦਿਨ ਜਿਹੜਾ ਆ ਰਿਹਾ ਵਿਕਟੋਰੀਆ ਡੇ ਦਾ, ਉਸਨੂੰ ਮਨਾਉਂਦੇ ਹਾਂ। ਥੋੜ੍ਹੀ ਜਿਹੀ ਗੱਲ ਕਰਦੀ ਹਾਂ ਵਿਕਟੋਰੀਆ ਡੇ ਦੇ ਬਾਰੇ, ਕਿਉਂਕਿ ਇਹ ਇੱਕ ਕੈਨੇਡੀਅਨ ਜਿਹੜੀ ਸਟੈਟ ਹੋਲੀਡੇ ਹੈਗੀ ਆ, ਔਰ ਇਹ ਮੇ ਦੇ ਮੰਥ ਦੇ ਵਿੱਚ ਮਨਾਇਆ ਜਾਂਦਾ ਮੰਡੇ ਵਾਲੇ ਦਿਨ, ਕਿਉਂਕਿ ਤਕਰੀਬਨ 1952 ਦੇ ਵਿੱਚ, ਜੇ ਮੈਂ ਰੋਂਗ ਨਹੀਂ ਹਾਂ, ਤਾਂ ਜਿਹੜੀ ਗਵਰਨਮੈਂਟ ਸੀ ਉਸ ਟਾਈਮ ਦੀ, ਉਹਨਾਂ ਨੇ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਵਿਕਟੋਰੀਆ ਡੇ ਆ ਉਹਨੂੰ ਮੰਡੇ ਨੂੰ ਮਨਾਇਆ ਜਾਇਆ ਕਰੇਗਾ, ਕਿਉਂਕਿ ਇਹ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਸਪੈਸ਼ਲ ਹੋਲੀਡੇਜ਼ ਜਿਹੜੀਆਂ ਆਉਂਦੀਆਂ ਨੇ ਉਹ ਮੰਡੇ ਨੂੰ ਮਨਾਇਆ ਜਾਇਆ ਕਰਨਗੀਆਂ ਸਿੰਸ ਦੈਨ। ਅਤੇ ਇਹ ਜਿਹੜਾ ਹੈਗਾ ਆ ਦਿਨ ਜਿਹੜਾ ਹੈਗਾ, ਕਿਉਂਕਿ ਜਿਹੜੀ ਕੁਈਨ ਵਿਕਟੋਰੀਆ ਦਾ ਐਕਚੁਅਲ ਬਰਥਡੇ ਜਿਹੜਾ ਉਹ ਮੇ 24 ਨੂੰ ਸੀਗਾ, ਅਤੇ ਫਿਰ ਜਿਹੜਾ ਵੀ ਵੀਕਐਂਡ ਉਸ 'ਤੇ ਨਜ਼ਦੀਕ ਆਉਂਦਾ ਆ 24 ਨੂੰ, ਚਾਹੇ ਉਹ 24 ਤੋਂ ਕੁਛ ਦਿਨ ਇੱਕ ਦੋ ਦਿਨ ਬਾਅਦ ਹੋਵੇ ਜਾਂ ਕੁਛ ਦਿਨ ਪਹਿਲਾਂ ਹੋਵੇ, ਤਾਂ ਇਸ ਕਰਕੇ ਉਹਨੂੰ ਉਸ ਮੰਡੇ ਨੂੰ ਮਨਾਇਆ ਜਾਂਦਾ। ਯੂਜੁਅਲੀ ਜਿਹੜਾ ਇਹ ਤਕਰੀਬਨ ਮੋਸਟਲੀ ਜਿਹੜਾ ਇਹ ਦਿਨ ਹੈਗਾ ਆ
ਮੇ ਮਹੀਨੇ ਦੇ ਥਰਡ ਮੰਡੇ ਨੂੰ ਯੂਜਲੀ ਆਉਂਦਾ ਆ। ਹਰੇਕ ਪ੍ਰੋਵਿੰਸ ਅਤੇ ਟੈਰੀਟਰੀ ਦੇ ਵਿੱਚ ਜਿਹੜਾ ਕੁਈਨ ਵਿਕਟੋਰੀਆ ਨੂੰ ਸਨਮਾਨ ਦਿੱਤਾ ਜਾਂਦਾ ਅਤੇ ਇਹੀ ਦਿਨ ਜਿਸ ਤਰ੍ਹਾਂ ਕਿਊਬਿਕ ਵਾਲੇ ਸਭ ਕੁਛ ਬਾਕੀਆਂ ਨਾਲੋਂ ਅਲੱਗ ਹੀ ਕਰਦੇ ਨੇ ਅਤੇ ਉਹ ਇਸ ਦਿਨ ਨੂੰ ਨੈਸ਼ਨਲ ਪੈਟਰੀਓਟਸ ਡੇ ਦੇ ਤੌਰ 'ਤੇ ਮਨਾਉਂਦੇ ਨੇ। ਵਿਕਟੋਰੀਆ ਡੇ ਨੂੰ ਪਹਿਲਾਂ ਕਾਮਨਲੀ ਮੇ 2-4 ਵੀਕਐਂਡ ਵੀ ਕਹਿ ਦਿੰਦੇ ਸੀਗੇ ਜਾਂ ਫਿਰ ਜਿਹੜਾ ਮੇ ਦਾ ਲੌਂਗ ਵੀਕਐਂਡ ਇਹਨੂੰ ਕਹਿ ਦਿੰਦੇ ਨੇ। ਔਰ ਇਸ ਵੀਕਐਂਡ ਤੋਂ ਅਨਅਫੀਸ਼ਲੀ ਸ਼ੁਰੂ ਹੋ ਜਾਂਦੇ ਨੇ ਕਾਟੇਜ ਸੀਜ਼ਨਸ ਜਿਹੜੇ ਨੇ। ਅਤੇ ਫਿਰ ਕਾਟੇਜਿਸ ਵਿੱਚ ਜਾ ਕੇ ਤਾਂ ਜਿਸ ਤਰ੍ਹਾਂ ਕਿ ਪਤਾ ਹੀ ਹੈਗਾ ਆ ਕਿ ਜਿਹੜੇ ਹਾਰਡ ਵਰਕਿੰਗ ਕਨੇਡੀਅਨਸ ਨੇ ਉਹ ਕੇਸਿਸ ਐਂਡ ਕੇਸਿਸ ਆਫ ਬੀਅਰ ਜਿਹੜੇ ਉਹ ਇਸ ਦਿਨ ਨੂੰ ਫਿਨਿਸ਼ ਕਰਦੇ ਨੇ। ਵੈਲ ਮੈਂ ਇਹੀ ਕੁਛ ਸੁਣਿਆ, ਪਰ ਜੇ ਕੋਈ ਤੁਹਾਡੇ ਕੋਲ ਹੋਰ ਇਨਫੋਰਮੇਸ਼ਨ ਹੈਗੀ ਹੈ ਤਾਂ ਤੁਸੀਂ ਉਹ ਵੀ ਸਾਡੇ ਲਿਸਨਰਸ ਦੇ ਨਾਲ ਸ਼ੇਅਰ ਕਰ ਸਕਦੇ ਹੋ। ਪਰ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਲਈ ਜਸਟ ਤੁਹਾਡੀ ਇਨਫੋਰਮੇਸ਼ਨ ਲਈ ਇਹ ਜ਼ਰੂਰ ਦੱਸੂੰਗੀ ਕਿ ਜਿਹੜਾ ਕੈਨੇਡੀਅਨ ਪ੍ਰੋਵਿੰਸ ਜਿਹੜੀ ਪ੍ਰਿੰਸ ਐਡਵਰਡ ਆਈਲੈਂਡ ਹੈ ਜਿਹੜੀ ਉਹ ਪ੍ਰਿੰਸ ਐਡਵਰਡ ਜਿਹੜੇ ਸੀਗੇ ਉਹਨਾਂ ਦੇ ਨਾਮ 'ਤੇ ਰੱਖਿਆ ਗਿਆ ਸੀਗਾ ਔਰ ਉਹ ਇਸ ਕੁਈਨ ਵਿਕਟੋਰੀਆ ਦੇ ਫਾਦਰ ਸੀਗੇ। ਸੋ ਵਿਕਟੋਰੀਆ ਡੇ ਜਿਹੜੀ ਹੈਗੀ ਆ ਕੁਛ ਇੱਕ ਪ੍ਰੋਵਿੰਸਿਸ ਦੇ ਵਿੱਚ ਨੋਨ ਸਟੇਟ ਛੁੱਟੀ ਦੀ ਵਜੋਂ ਵੀ ਜਾਣੀ ਜਾਂਦੀ ਆ, ਜਿਸ ਤਰ੍ਹਾਂ ਕਿ ਕਹਿ ਲਓ ਤੁਸੀਂ ਜਿਹੜੀਆਂ ਈਸਟ ਕੋਸਟ ਦੀਆਂ ਜਿਹੜੀਆਂ ਪ੍ਰੋਵਿੰਸਿਸ ਹੈਗੀਆਂ ਨਿਊ ਬ੍ਰੰਜ਼ਵਿਕ ਹੋ ਗਈ, ਨੋਵਾ ਸਕੋਸ਼ੀਆ ਹੋ ਗਈ, ਪ੍ਰਿੰਸ ਐਡਵਰਡ ਆਈਲੈਂਡ ਹੋ ਗਿਆ, ਉੱਧਰ ਦੇ ਵਿੱਚ ਇਹ ਨੋਨ ਸਟੇਟ ਹੋਲੀਡੇ ਜਿਹੜੀ ਆ ਉਹਦੇ ਤੌਰ 'ਤੇ ਛੁੱਟੀ ਹੁੰਦੀ ਹੈ ਇਸ ਦਿਨ ਨੂੰ। ਅਤੇ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ ਜੋ ਕਿ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ VPO ਇੰਟਰਨੈਸ਼ਨਲ ਟੀਮ ਦੀ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ 'ਚ ਰਹਿ ਰਹੇ ਹੋ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ, ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ ਤਾਂ ਨਵ ਪੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡਸ ਦੇ ਨਾਲ ਕੰਮ ਕਰਦੇ ਹੈ। ਨੰਬਰ ਹੈ 416-543-2078 416-543-2078। ਜੀ ਦੋਸਤੋ, ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਹੁਣ ਬਸ ਸਮਰ ਜਿਹੜੀ ਜਸਟ ਅਰਾਊਂਡ ਦੀ ਕੋਰਨਰ ਆ, ਕਿਉਂਕਿ ਹਰ ਕੋਈ ਮੰਨਦਾ ਹੈ ਕਿ ਜਦੋਂ ਵਿਕਟੋਰੀਆ ਡੇ ਵੀਕਐਂਡ ਆਉਂਦਾ ਹੈ ਤੇ ਉਸ ਤੋਂ ਬਾਅਦ ਸਮਰ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਤੇ ਜੇ ਹੁਣ ਸਮਰ ਆਏਗੀ ਤੇ ਵਕੇਸ਼ਨ ਤੇ ਜਾਣ ਦੀਆਂ ਪਲਾਨਸ ਵੀ ਬਣਨਗੀਆਂ। ਵਕੇਸ਼ਨ ਤੇ ਜਾਣ ਲਈ ਸਾਨੂੰ ਕੀ ਪੈਕ ਕਰਨਾ ਚਾਹੀਦਾ ਆ, ਅੱਜ ਥੋੜੀ ਜਿਹੀ ਗੱਲ ਇਸ ਦੇ ਬਾਰੇ ਕਰਦੇ ਹਾਂ। ਹੁਣ ਜੇ ਅਸੀਂ ਵਕੇਸ਼ਨਸ 'ਤੇ ਜਾ ਰਹੇ ਹਾਂ, ਕਿਸੇ ਕੈਰੇਬੀਅਨ ਆਈਲੈਂਡ 'ਤੇ ਜਾ ਰਹੇ ਹਾਂ, ਤਾਂ ਸਾਨੂੰ ਪਤਾ ਆ ਕਿ ਅਸੀਂ ਬੇਥਿੰਗ ਸੂਟ, ਪੈਸਾ ਔਰ ਜਿਹੜੀਆਂ ਆਪਣੀਆਂ ਸਨਗਲਾਸਿਸ ਨੇ ਉਹਨਾਂ ਦਾ ਐਕਸਟਰਾ ਇੱਕ ਪੇਅਰ ਨਾਲ ਅਤੇ ਜਿਹੜੀਆਂ ਦਵਾਈਆਂ ਉਹ ਤਾਂ ਲੈ ਕੇ ਜਾਣੀਆਂ ਹੀ ਜਾਣੀਆਂ ਨੇ, ਪਰ ਨਾਲ ਦੀ ਨਾਲ ਜਿਹੜੀਆਂ ਸਾਨੂੰ ਚੀਜ਼ਾਂ ਨਹੀਂ ਜ਼ਰੂਰਤ ਹੁੰਦੀ, ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਉਹਨਾਂ ਦੇ ਬਾਰੇ ਅੱਜ ਗੱਲ ਕਰਦੀ ਹਾਂ। ਕਿਉਂਕਿ ਜਿਹੜੇ ਹੁਣ ਏਅਰਲਾਈਨਸ ਵਾਲੇ ਨੇ ਉਹ ਵੀ ਸਾਰੇ ਦੇ ਸਾਰੇ ਜਿਹੜੀਆਂ ਓਵਰਵੇਟ ਜਦੋਂ ਸਾਡੇ ਬੈਗੇਜ ਹੋ ਜਾਂਦੇ ਉਹਨਾਂ ਦੇ ਉੱਤੇ ਵੀ ਕਿੰਨੀਆਂ ਪੈਨਲਟੀਜ਼ ਪਾਉਂਦੇ ਨੇ। ਸੋ ਇਸ ਕਰਕੇ ਅਸੀਂ ਆਪਣੀ ਮਨੀ ਜਿਹੜੀ ਆ ਉਹਨੂੰ ਸੇਵ ਕਰਨ ਦੇ ਲਈ ਅਸੀਂ ਕੁਛ ਇੱਕ ਆਈਟਮਸ ਦੀ ਮੈਂ ਅੱਜ ਗੱਲ ਕਰੂੰਗੀ ਜਿਹੜੀਆਂ ਕਿ ਅਸੀਂ ਬਜਾਏ ਆਪਣਾ ਜਿਹੜਾ ਚੈੱਕ ਇਨ ਬੈਗੇਜ ਆ ਉਹਨੂੰ ਹੈਵੀ ਕਰਨ ਦੇ ਨਾਲੋਂ ਆਪਾਂ ਜਿਹੜਾ ਕੈਰੀ ਔਨ ਬੈਗੇਜ ਆ ਉਹ ਨਾਲ ਲਿਜਾ ਸਕਦੇ ਹਾਂ, ਤਾਂ ਕਿ ਜਿਹੜਾ ਵੇਟ ਆ ਉਸ ਬੈਗੇਜ ਦੇ ਵਿੱਚ ਥੋੜ੍ਹਾ ਜਿਹਾ ਵੀ ਵੇਟ ਹੈਵੀ ਹੋ ਜਾਵੇ ਅਤੇ ਜਿਹੜੀਆਂ ਏਅਰਲਾਈਨਸ ਨੇ ਉਹ ਬਹੁਤ ਜ਼ਿਆਦਾ ਪੈਨਲਟੀਜ਼, ਹੈਵੀ ਪੈਨਲਟੀਜ਼ ਚਾਰਜ ਕਰਦੀਆਂ ਨੇ। ਅਤੇ ਜੇ ਥੋੜ੍ਹੇ ਸਮਾਨ ਦੇ ਨਾਲ ਹੀ ਅਸੀਂ ਕੈਰੀਅਨ ਦੇ ਵਿੱਚ ਲੈ ਕੇ ਜੇ ਆਪਾਂ ਵਕੇਸ਼ਨ 'ਤੇ ਜਾਈਏ ਤਾਂ ਫਿਰ ਜਿਹੜੀ ਇੱਕ ਤਾਂ ਦੇਖੋ ਇੱਕ ਤਾਂ ਜਿਹੜੀ ਪੈਨਲਟੀਜ਼ ਜਿਹੜੀਆਂ ਹੈਵੀ ਵੇਟ ਵਾਲੀਆਂ ਹੋਣੀਆਂ ਉਹ ਨਿਕਲ ਜਾਂਦੀਆਂ, ਅਤੇ ਦੂਸਰੀ ਗੱਲ ਆ ਜਾਂਦੀ ਆ ਕਿ ਜਦੋਂ ਅਸੀਂ ਫਿਰ ਆਪਣੇ ਡੈਸਟੀਨੇਸ਼ਨ 'ਤੇ ਪਹੁੰਚ ਜਾਂਦੇ ਹਾਂ ਤਾਂ ਫਿਰ ਜਿਹੜਾ ਬੈਗੇਜ ਕਰਾਊਜ਼ਲ ਹੈਗਾ ਜਿਹੜਾ ਉਸ ਬੈਲਟ ਦੇ ਉੱਤੇ ਜਾ ਕੇ ਸਾਨੂੰ ਵੇਟ ਨਹੀਂ ਕਰਨੀ ਪੈਂਦੀ। ਸੋ ਤੁਸੀਂ ਉੱਥੇ ਟਾਈਮ ਵੀ ਸੇਵ ਕਰਦੇ ਹੋ, ਸੋ ਤੁਸੀਂ ਮਨੀ ਵੀ ਸੇਵ ਕਰਦੇ ਹੋ ਜੇ ਤੁਹਾਡਾ ਸਮਾਨ ਜਿਹੜਾ ਜਸਟ ਕੈਰੀ ਔਨ ਪੈਕੇਜ ਦੇ ਵਿੱਚ ਆ ਜਾਵੇ, ਅਤੇ ਨਾਲ ਦੀ ਨਾਲ ਤੁਸੀਂ ਆਪਣਾ ਟਾਈਮ ਵੀ ਬਚਾਉਂਦੇ ਹੋ ਕਿ ਤੁਹਾਨੂੰ ਉੱਥੇ ਬੈਗੇਜ ਦੀ ਵੇਟ ਨਹੀਂ ਕਰ ਪੈ ਰਹੀ। ਅਤੇ ਤੀਸਰੀ ਆ ਜਾਂਦੀ ਆ ਜੇ ਤੁਹਾਡਾ ਜਿਹੜਾ ਡੈਸਟੀਨੇਸ਼ਨ ਹੈਗਾ ਅਤੇ ਉਹਦੇ ਵਿੱਚ ਕੋਈ ਜਿਹੜਾ ਚੇਂਜ ਹੈਗੀ ਆ, ਕਿਤੇ ਤੁਸੀਂ ਪਲੇਨ ਚੇਂਜ ਕਰਨਾ ਆ, ਅਤੇ ਉਹ ਤੁਸੀਂ ਉਸ ਸੈਨਿਟੀ ਤੋਂ ਵੀ ਬਚ ਜਾਂਦੇ ਹੋ ਕਿ ਪਤਾ ਨਹੀਂ ਸਾਡਾ ਜਿਹੜਾ
ਕਨੈਕਸ਼ਨ ਜਿੱਥੇ ਹੋਣਾ ਹੈ ਸਾਡਾ ਫਲਾਈਟ ਦਾ, ਉੱਥੇ ਤੱਕ ਸਾਡਾ ਸਮਾਨ ਟਾਈਮ ਸਿਰ ਪਹੁੰਚੇਗਾ ਕਿ ਨਹੀਂ ਪਹੁੰਚੇਗਾ। ਸੋ ਇੱਦਾਂ ਦੀਆਂ ਪ੍ਰੋਬਲਮਸ ਤੋਂ ਵੀ ਤੁਸੀਂ ਬਚ ਜਾਂਦੇ ਹੋ ਜੇ ਤੁਸੀਂ ਟਰੈਵਲ ਕਰਦੇ ਹੋ ਸਿਰਫ ਜਿਹੜਾ ਕੈਰੀ ਔਨ ਪੈਕੇਜ ਦੇ ਨਾਲ। ਅਤੇ ਬਾਕੀ ਜਿਹੜੀ ਹੋਰ ਜਿਹੜੀਆਂ ਗੱਲਾਂ ਹੈਗੀਆਂ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਲੈ ਕੇ ਜਾਣੇ ਲਈ ਵਕੇਸ਼ਨ ਦੇ ਉੱਤੇ, ਉਹ ਆਪਾਂ ਘਰ ਆਰਾਮ ਦੇ ਨਾਲ ਘਰ ਛੱਡ ਕੇ ਜਾ ਸਕਦੇ ਹਾਂ। ਦੇਖੋ ਹੁਣ ਕਈ ਵਾਰੀ ਹੁੰਦਾ ਕਿ ਅਸੀਂ ਜਾਣਾ ਹੁੰਦਾ ਅਤੇ ਕੋਈ ਚੀਜ਼ਾਂ ਅਸੀਂ ਜਦੋਂ ਐਸੀਆਂ ਲੈ ਕੇ ਚੱਲ ਜਾਂਦੀਆਂ ਜਿਹੜੀਆਂ ਸਾਡੇ ਲਈ ਬਹੁਤ ਵੈਲਿਊਏਬਲ ਹੁੰਦੀਆਂ ਆ, ਅਤੇ ਉਹ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਰਿਪਲੇਸ ਨਹੀਂ ਕਰ ਸਕਦੇ। ਇਟਸ ਬਹੁਤ ਸੈਡ ਟੂ ਸੇ ਕਿ ਸਾਡੇ ਨਾਲ ਸਾਡੀ ਸੁਸਾਇਟੀ ਦੇ ਵਿੱਚ ਕਾਫੀ ਚੋਰ ਵੀ ਰਹਿੰਦੇ ਆ। ਤੁਸੀਂ ਸੁਣਿਆ ਹੀ ਹੋਣੇ ਆ ਕਿ ਜਿਹੜਾ ਆਪਾਂ ਸਮਾਨ ਏਅਰਲਾਈਨਸ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਉਹਦੇ ਵਿੱਚ ਕਈ ਵਾਰੀ ਜਾ ਕੇ ਸਾਡੇ ਸਮਾਨ ਦੇ ਵਿੱਚੋਂ ਹੀ ਪਲੇਨ ਦੇ ਇੰਨੀਆਂ ਸਿਕਿਉਰਿਟੀਜ਼ ਇੰਨਾ ਕੁਛ ਹੋਣੇ ਦੇ ਬਾਵਜੂਦ ਸਾਡਾ ਸਮਾਨ ਉਹਨਾਂ ਦੇ ਵਿੱਚੋਂ ਗਾਇਬ ਹੋ ਜਾਂਦਾ ਹੈ। ਅਤੇ ਕਾਫੀ ਨਿਊਜ਼ ਆਉਂਦੀਆਂ ਰਹਿੰਦੀਆਂ, ਭਾਵਾਂ ਜਿਹੜੇ ਚੋਰ ਹੈਗੇ ਆ ਮੋਸਟਲੀ ਉਹ ਫੜ ਵੀ ਹੋ ਜਾਂਦੇ ਆ, ਉਹਨਾਂ ਨੂੰ ਸਜ਼ਾ ਵੀ ਹੋ ਜਾਂਦੀ ਆ, ਪਰ ਜਿਹੜਾ ਸਾਡਾ ਚੋਰੀ ਹੋ ਗਿਆ ਸਮਾਨ ਚਲਾ ਗਿਆ ਉਹ ਤਾਂ ਵਾਪਸ ਨਹੀਂ ਨਾ ਆਇਆ। ਸੋ ਇਸ ਕਰਕੇ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਬਹੁਤ ਵੈਲਿਊਏਬਲ ਆ ਪਰ ਸਾਨੂੰ ਉੱਥੇ ਨਹੀਂ ਚਾਹੀਦੀਆਂ ਜਦੋਂ ਅਸੀਂ ਵੈਕੇਸ਼ਨ 'ਤੇ ਜਾਂਦੇ ਹਾਂ, ਫਿਰ ਕਾਹਦੇ ਲਈ ਰਿਸਕ ਲੈਣਾ। ਜਿਹੜੀਆਂ ਇਲੈਕਟ੍ਰੋਨਿਕਸ ਨੇ, ਜਿਹੜੀਆਂ ਕਿ ਅੱਜ ਦੇ ਯੁੱਗ ਦੇ ਵਿੱਚ ਸਾਰਾ ਕੁਛ ਹੈਗਾ, ਜਿਨ੍ਹਾਂ ਜਿਨ੍ਹਾਂ ਦੀ ਨਹੀਂ ਜ਼ਰੂਰਤ ਉਹਨਾਂ ਉਹਨਾਂ ਨੂੰ ਬੈਟਰ ਆ ਕਿ ਤੁਸੀਂ ਘਰ ਹੀ ਆਪਣੇ ਛੱਡ ਜਾਓ। ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਜਿਹੜੇ ਐਕਸਪੈਂਸਿਵ ਜਿਊਲਰੀ ਹੈਗੀ ਆ ਅਸੀਂ ਉਹ ਨਾਲ ਲੈ ਕੇ ਚਲੇ ਜਾਂਦੇ ਹਾਂ, ਕਿਉਂਕਿ ਵਕੇਸ਼ਨ 'ਤੇ ਤੁਸੀਂ ਮੋਸਟਲੀ ਆਰਾਮ ਕਰਨ ਜਾਂਦੇ ਹੋ, ਇੰਜੋਏ ਕਰਨ ਜਾਂਦੇ ਹੋ, ਕੋਈ ਫੈਸ਼ਨ ਪਰੇਡ ਤਾਂ ਕਰਨ ਜਾਣਾ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੇ ਉਹ ਵੀ ਆਪਣੇ ਲੋਕਰ ਦੇ ਵਿੱਚ ਜਾਂ ਕਿਸੇ ਸੇਫ ਜਗ੍ਹਾ ਦੇ ਵਿੱਚ ਘੱਟ, ਜਿੱਥੇ ਵੀ ਤੁਸੀਂ ਸੇਫ ਚੀਜ਼ਾਂ ਰੱਖਦੇ ਹੋ, ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਵਾਲਟ ਹੈ ਕੁਛ, ਉਹਦੇ ਵਿੱਚ ਤੁਸੀਂ ਆਪਣਾ ਸੇਫ ਰੱਖ ਕੇ ਜਾ ਸਕਦੇ ਹੋ। ਅਤੇ ਜਿਹੜੀਆਂ ਦੂਸਰੀ ਚੀਜ਼ ਆ ਜਾਂਦੀਆਂ ਹੈਗੀਆਂ, ਜਿਹੜੀਆਂ ਸਾਡੀਆਂ ਵੈਲਿਊਏਬਲ ਜਿਹੜੀਆਂ ਆਈਡੀਜ਼ ਨੇ, ਐਕਚੁਲੀ ਨਾਟ ਸੋਰੀ ਵੈਲਿਊਏਬਲ ਆਈਡੀਜ਼, ਵੈਲਿਊਏਬਲ ਆਈਟਮਸ ਜਿਹੜੀਆਂ ਹੈਗੀਆਂ, ਪਰ ਉਹਨਾਂ ਦੇ ਉੱਪਰ ਸਾਡੀ ਕੋਈ ਆਈਡੀ ਨਹੀਂ ਹੁੰਦੀ ਹੈਗੀ, ਉਹ ਚੀਜ਼ਾਂ ਜਿਸ ਤਰ੍ਹਾਂ ਕਿ ਕਹਿ ਲਓ ਕਿ ਤੁਸੀਂ ਮੋਸਟਲੀ ਦੇਖਿਆ ਹੋਊਗਾ ਕਿ ਅਸੀਂ ਜਦੋਂ ਚੈੱਕ ਇਨ ਕਰਨ ਲੱਗਦੇ ਹਾਂ ਅਸੀਂ ਯੂਜਲੀ ਆਪਣਾ ਫੋਨ ਜਿਹੜਾ ਹੁੰਦਾ ਆ ਉਹਨੂੰ ਕਾਊਂਟਰ 'ਤੇ ਰੱਖ ਦਿੰਦੇ ਹਾਂ, ਅਤੇ ਫਿਰ ਅਸੀਂ ਬਿਜ਼ੀ ਹੋ ਜਾਂਦੇ ਹਾਂ ਆਪਣੀ ਚੈੱਕ ਇਨ ਕਰਨ ਦੇ ਵਿੱਚ, ਆਪਣੀ ਟਿਕਟ ਦੇ ਵਿੱਚ, ਆਪਣਾ ਬੋਰਡਿੰਗ ਪਾਸ ਲੈਣ ਦੇ ਵਿੱਚ, ਲਗੇਜ ਨੂੰ ਕਰਨ ਦੇ ਲਈ, ਅਤੇ ਅਸੀਂ ਆਪਣਾ ਫੋਨ ਜਿਹੜਾ ਉੱਥੇ ਹੀ ਭੁੱਲ ਜਾਂਦੇ ਹਾਂ। ਬਹੁਤ ਵਾਰੀ ਇੱਦਾਂ ਹੁੰਦਾ ਸਿਕਿਉਰਿਟੀ ਦੇ ਚੈੱਕ ਪੁਆਇੰਟ ਦੇ ਉੱਪਰ ਵੀ ਰੈਗੂਲਰ ਬੇਸਿਸ ਦੇ ਉੱਤੇ ਇਹ ਦੇਖੀਆਂ ਜਾ ਸਕਦੀਆਂ ਚੀਜ਼ਾਂ। ਲਾਸਟ ਐਂਡ ਫਾਊਂਡ ਦੇ ਵਿੱਚ ਜਾ ਕੇ ਜੇ ਤੁਸੀਂ ਦੇਖੋ ਤਾਂ ਉਹਦੇ ਵਿੱਚ ਜਿਹੜੇ ਪ੍ਰਾਈਸੀ ਇਲੈਕਟ੍ਰੋਨਿਕਸ ਨੇ, ਬਹੁਤ ਮਹਿੰਗੇ ਫੋਨ ਵਗੈਰਾ ਹੁੰਦੇ, ਉਹ ਭਰੇ ਪਏ ਹੁੰਦੇ ਆ। ਪ੍ਰੋਬਲਮ ਕੀ ਹੈਗੀ ਆ, ਕਿਉਂਕਿ ਇੱਦਾਂ ਦੀਆਂ ਆਈਟਮਸ ਜਿਹੜੀਆਂ ਉਹ ਓਨਰਸ ਨੂੰ ਵਾਪਸ ਨਹੀਂ ਕਰ ਸਕਦੇ ਕਿਉਂਕਿ ਓਨਰਸ ਲੱਭਦੇ ਹੀ ਨਹੀਂ ਉਹਨਾਂ ਦੇ। ਇਹ ਤਾਂ ਹੁਣ ਗਾਰੰਟੀਡ ਹੈਗਾ ਕਿ ਜਦੋਂ ਅਸੀਂ ਕਿਤੇ ਜਾਂਦੇ ਹਾਂ ਅਸੀਂ ਆਪਣੇ ਫੋਨ ਦੇ ਉੱਪਰ ਆਪਣਾ ਬਿਜ਼ਨਸ ਕਾਰਡ ਜਿਹੜਾ ਆ ਜਾਂ ਆਪਣੀ ਟੈਬਲੇਟ ਜਿਹੜੀ ਲੈ ਕੇ ਜਾ ਰਹੇ ਹਾਂ ਟਰੈਵਲ ਕਰਨ ਲੱਗੇ, ਅਸੀਂ ਆਪਣਾ ਬਿਜ਼ਨਸ ਕਾਰਡ ਤਾਂ ਉਹਦੇ 'ਤੇ ਚਿਪਕਾਉਂਦੇ ਨਹੀਂ। ਹੋ ਸਕੇ ਜੇ ਤੁਹਾਨੂੰ ਲੱਗਦਾ ਆ ਕਿ ਜ਼ਰੂਰੀ ਹੀ ਹੈਗਾ ਆ ਲੈ ਕੇ ਜਾਣਾ, ਅਤੇ ਕਿਤੇ ਇੱਕ ਅਲੱਗ ਜਗ੍ਹਾ 'ਤੇ ਜਿਹੜਾ ਆ ਉਹਦੇ 'ਤੇ ਤੁਸੀਂ ਉਹਨਾਂ ਦੇ ਜਿਹੜੇ ਸਾਡੇ ਡਿਵਾਈਸਿਸ ਨੇ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੀਆਂ ਉਹਨਾਂ ਦੀ ਸੀਰੀਅਲ ਨੰਬਰ ਜਿਹੜੇ ਆ ਉਹ ਤੁਸੀਂ ਕਿਤੇ ਲਿਖ ਕੇ ਰੱਖ ਲਓ ਅਤੇ ਉਹਨੂੰ ਕਿਸੇ ਸੇਫ ਜਗ੍ਹਾ ਦੇ ਉੱਪਰ ਜ਼ਰੂਰ ਰੱਖ ਲਓ, ਕਿਉਂਕਿ ਉਹਦੇ ਨਾਲ ਇਹ ਹੁੰਦਾ ਕਿ ਜੇ ਗੁੰਮ ਜਾਏ ਸਾਨੂੰ ਯਾਦ ਆ ਜਾਏ ਕਿ ਹਾਂ ਮੈਂ ਉੱਥੇ ਛੱਡ ਦਿੱਤਾ ਸੀਗਾ, ਅਤੇ ਜਦੋਂ ਤੁਸੀਂ ਆਪਣਾ ਸੀਰੀਅਲ ਨੰਬਰ ਦੱਸੋਗੇ ਉਹਨਾਂ ਦੇ ਲਾਸਟ ਐਂਡ ਫਾਊਂਡ ਦੇ ਵਿੱਚ ਜਾਓਗੇ ਅਤੇ ਯੂ ਵਿਲ ਬੀ ਲਿਟਲ ਬਿਟ ਈਜ਼ੀਅਰ ਟੂ ਫਾਈਂਡ ਯੋਰ ਡਿਵਾਈਸਿਸ ਜਿਹੜੇ ਆ, ਅਦਰਵਾਈਜ਼ ਇਟਸ ਗੋਨ ਇਟਸ ਗੋਨ। ਪਹਿਲਾਂ ਤਾਂ ਲੈ ਕੇ ਨਹੀਂ ਜਾਓ, ਜੇ ਲਿਜਾਣੀਆਂ ਜ਼ਰੂਰੀ ਹੈਗੀਆਂ ਤਾਂ ਉਹਨਾਂ ਦੇ ਸੀਰੀਅਲ ਨੰਬਰ ਜਿਹੜੇ ਨੇ ਉਹ ਕਿਤੇ ਨੋਟ ਕਰਕੇ ਸੇਫ ਪਲੇਸ 'ਤੇ ਰੱਖ ਲਓ। ਅਤੇ ਤੀਸਰੀ ਚੀਜ਼ ਆ ਜਾਂਦੀ ਹੈਗੀ ਆ ਸਾਡੀਆਂ ਵਾਈਨ ਬਾਟਲ ਜਾਂ ਲਿਕੁਅਰ ਬਾਟਲ, ਜਿਹੜੀਆਂ ਕੁਛ ਵੀ ਜਿਹੜੀਆਂ ਟੇਸਟੀ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਉਹ ਬ੍ਰੇਕੇਬਲ ਗਲਾਸ ਬੋਟਲਸ ਦੇ ਵਿੱਚ ਯੂਜਲੀ ਹੁੰਦੀਆਂ ਨੇ। ਇਹਨਾਂ ਨੂੰ ਜਿਹੜੀਆਂ ਆ ਉਹ ਪੈਕ ਕਰਕੇ ਨਹੀਂ ਲੈ ਕੇ ਜਾਣਾ ਚਾਹੀਦਾ, ਕਿਉਂਕਿ ਦੇਖੋ ਤੁਸੀਂ ਜੇ ਕੈਰੀ ਔਨ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਪਤਾ ਹੈ ਕਿ ਅਸੀਂ ਉੱਥੇ ਜਿਹੜੇ ਸਾਡੇ ਸਿਕਿਉਰਿਟੀ ਵਾਲੇ ਆ ਉਹਨਾਂ ਨੇ ਕੱਢ ਕੇ ਗਾਰਬੇਜ ਦੇ ਵਿੱਚ ਪਾ ਜਾਂਦੀਆਂ,
ਬਿਕੋਜ਼ ਅਸੀਂ ਅਲਾਊਡ ਨਹੀਂ ਹੈਗੇ ਹੁਣ ਜਿਹੜਾ ਜਦੋਂ ਵੀ ਅਸੀਂ ਪਲੇਨ ਦੇ ਵਿੱਚ ਆਉਂਦੇ ਹਾਂ ਸਰਟਨ ਅਮਾਊਂਟ ਤੋਂ ਵੱਧ ਜਿਹੜੀ ਆ ਆਈ ਬਿਲੀਵ ਕਿ 100 ਮਿਲੀਲੀਟਰ ਤੋਂ ਵੱਧ ਲੀਕੁਅਡ ਜਿਹੜੀਆਂ ਚੀਜ਼ਾਂ ਅਸੀਂ ਉਹ ਲਿਜਾ ਨਹੀਂ ਸਕਦੇ ਹੈਗੇ ਅਤੇ ਜੇ ਤੁਸੀਂ ਇਹਨੂੰ ਰੈਪ ਕਰਕੇ ਜਿੱਦਾਂ ਮਰਜ਼ੀ ਲਪੇਟ ਟੱਕ ਕੇ ਜੋ ਮਰਜ਼ੀ ਕਰਕੇ ਚੈੱਕ ਇਨ ਬੈਗੇਜਿਸ ਦੇ ਵਿੱਚ ਪਾਉਂਦੇ ਹੋ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਟੁੱਟ ਹੀ ਜਾਂਦੀਆਂ ਆ ਕਿਉਂਕਿ ਜਦੋਂ ਜਿਹੜੇ ਉੱਥੇ ਏਅਰਪੋਰਟ 'ਤੇ ਜਿਹੜੇ ਕੰਮ ਕਰਦੇ ਨੇ ਉਹ ਜਿੱਦਾਂ ਮਰਜ਼ੀ ਕਰਨ ਬੈਲਟ ਤੋਂ ਵੀ ਜਦੋਂ ਜਾਂਦੇ ਆ ਅਟੈਚੀ ਡਿੱਗ ਪੈਂਦੇ ਆ ਇੱਕ ਦੂਜੇ ਦੇ ਪਾਰ ਦੇ ਥੱਲੇ ਆ ਜਾਂਦੇ ਅਤੇ ਮੋਸਟਲੀ ਇਹ ਜਿਹੜੇ ਟੁੱਟ ਜਾਂਦੇ ਆ ਅਤੇ ਜੇ ਤੁਹਾਨੂੰ ਲੱਗਦਾ ਕਿ ਇਹ ਤੁਹਾਨੂੰ ਕਿਸੇ ਨੇ ਗਿਫਟ ਦਿੱਤਾ ਆ ਜਾਂ ਤੁਸੀਂ ਸੋਵੀਨੀਅਰ ਖਰੀਦਿਆ ਹੈਗਾ ਕਿਤੇ ਜਾ ਕੇ ਅਤੇ ਬੈਟਰ ਹੈਗਾ ਕਿ ਉਹਨੂੰ ਸ਼ਿਪ ਕਰ ਦਿਉ ਉਹਨੂੰ ਕੋਰੀਅਰ ਦੇ ਥਰੂ ਤੁਸੀਂ ਭੇਜ ਦਿਉ ਕਿਉਂਕਿ ਡਜ਼ਨਟ ਮੇਕ ਡਿਫਰੈਂਸ ਕਿ ਜਿਹੜਾ ਤੁਹਾਡਾ ਗੁੱਡ ਜਿਹੜਾ ਸੂਟਕੇਸ ਹੈਗਾ ਆ ਪਰਫੈਕਟਲੀ ਗੁੱਡ ਸੂਟਕੇਸ ਤੁਸੀਂ ਬਾਏ ਕਰਦੇ ਹੋ ਐਕਸਪੈਂਸਿਵ ਸੂਟਕੇਸ ਬਾਏ ਕਰਦੇ ਹੋ ਉਹਨੂੰ ਖਰਾਬ ਕਰਨ ਲਈ ਇੱਕ ਬੋਟਲ ਨੂੰ ਲੈ ਕੇ ਜਾਣ ਦੇ ਲਈ ਸੋ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਫਿਰ ਤੀਸਰੇ ਨੰਬਰ 'ਤੇ ਆ ਜਾਂਦਾ ਹੈ ਕਿ ਜਦੋਂ ਅਸੀਂ ਵਾਰਮ ਏਰੀਆਜ਼ ਦੇ ਵਿੱਚ ਜਾਂਦੇ ਹਾਂ ਅਤੇ ਸਨਸਕ੍ਰੀਨ ਜਿਹੜੀ ਆ ਸਨਸਕ੍ਰੀਨ ਵੀ ਜੇ ਬਹੁਤ ਵੱਡੀ ਆ ਅਤੇ ਜਿਹੜੇ ਸਿਕਿਉਰਿਟੀ ਦੇ ਹੈ ਵਾਲੇ ਹੈਗੇ ਆਫਿਸਰਸ ਉਹਨਾਂ ਨੇ ਉਸੇ ਵੇਲੇ ਉਹਨੂੰ ਟਾਸ ਆਊਟ ਕਰ ਦੇਣਾ ਅਤੇ ਜਾਂ ਫਿਰ ਜਿਹੜੇ ਸਨਸਕ੍ਰੀਨ ਦੇ ਜਿਹੜੇ ਲੋਸ਼ਨ ਦੇ ਕੰਟੇਨਰਸ ਹੈਗੇ ਆ ਮੋਸਟਲੀ ਤੁਹਾਡੇ ਚੈੱਕਡ ਬੈਗ ਦੇ ਵਿੱਚ ਇਹ ਐਕਸਪਲੋਡ ਹੋ ਹੀ ਜਾਂਦੇ ਨੇ ਹਰੇਕ ਜਗ੍ਹਾ 'ਤੇ ਕਿਤੇ ਵੀ ਤੁਸੀਂ ਜਾਂਦੇ ਹੋ ਉੱਥੇ ਬਿਗ ਬੋਕਸ ਜਿਹੜੇ ਡਰੱਗ ਸਟੋਰਸ ਹੈਗੇ ਆ ਉਹ ਅਵੇਲੇਬਲ ਹੈਗੇ ਹੀ ਆ ਸੋ ਤੁਸੀਂ ਜਿਹੜੀ ਸਨਸਕ੍ਰੀਨ ਹੈਗੀ ਆ ਜਿੱਥੇ ਤੁਸੀਂ ਪਹੁੰਚੋਗੇ ਉੱਥੇ ਜਾ ਕੇ ਤੁਸੀਂ ਖਰੀਦ ਸਕਦੇ ਹੋ ਅਗਲੀ ਚੀਜ਼ ਆ ਜਾਂਦੀ ਹੈ ਰੀਡਿੰਗ ਮਟੀਰੀਅਲ ਕਿ ਅਸੀਂ ਸਾਨੂੰ ਪੜ੍ਹਨਾ ਚੰਗਾ ਲੱਗਦਾ ਆ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਜਿਹੜਾ ਆਪਣਾ ਟਾਈਮ ਹੈਗਾ ਆ ਜਿਹੜਾ ਡਿਸਟੈਂਸ ਹੈਗਾ ਆ ਰਸਤੇ ਦੇ ਵਿੱਚ ਅਸੀਂ ਉਹਨਾਂ ਨੂੰ ਪੜ੍ਹ ਲਾਂਗੇ ਪਰ ਤੁਸੀਂ ਦੇਖੋਗੇ ਕਿ ਇਹ ਜਿਹੜਾ ਐਕਸਟਰਾ ਜਿਹੜਾ ਆ ਵੇਟ ਅਤੇ ਸਪੇਸ ਜਿਹੜੇ ਉਹਦੇ ਲਈ ਪ੍ਰੋਬਲਮ ਬਣ ਜਾਂਦੀ ਹੈ ਕਿਉਂਕਿ ਜਿੱਥੇ ਅਸੀਂ ਇਲੈਕਟ੍ਰੋਨਿਕਸ ਚੀਜ਼ਾਂ ਲੈ ਕੇ ਜਾਂਦੇ ਹਾਂ ਨਾ ਸਪੈਸ਼ਲੀ ਜਿਹੜੀਆਂ ਇੱਕ ਤਾਂ ਹਲਕੀਆਂ ਹੁੰਦੀਆਂ ਨੇ ਪਤਲੀਆਂ ਹੁੰਦੀਆਂ ਨੇ ਇੱਕ ਤੁਹਾਡਾ ਫੋਨ ਹੀ ਜਿਹੜਾ ਆ ਉਹ ਤੁਹਾਡੀ ਇੰਟਾਇਰ ਲਾਇਬ੍ਰੇਰੀ ਦੀ ਤਰ੍ਹਾਂ ਹੈਗਾ ਕਿ ਤੁਸੀਂ ਉਹਦੇ ਵਿੱਚੋਂ ਕੁਛ ਵੀ ਸਟੋਰ ਕਰਕੇ ਤੁਸੀਂ ਉਸਨੂੰ ਪੜ੍ਹ ਸਕਦੇ ਹੋ ਅਤੇ ਜੇ ਡਿਊਰਿੰਗ ਦਾ ਫਲਾਈਟ ਇੰਟਰਨੈਟ ਜਿੱਥੇ ਜਿੱਥੇ ਅਵੇਲੇਬਲ ਹੈਗਾ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਅਤੇ ਅਗਲੀ ਚੀਜ਼ ਆ ਜਾਂਦੀ ਆ ਆਪਣੇ ਸ਼ੂਜ਼ ਲੈ ਕੇ ਜਾਣੇ ਸਪੈਸ਼ਲੀ ਅਸ ਲੇਡੀਜ਼ ਜਿਹੜੀਆਂ ਨਾ ਸਾਨੂੰ ਹੁੰਦਾ ਹੈ ਕਿ ਸਾਡੇ ਜਿਹੜੇ ਸ਼ੂਜ਼ ਨੇ ਉਹ ਹਰੇਕ ਡਰੈਸ ਦੇ ਨਾਲ ਮੈਚ ਕਰਨ ਪਰ ਇੱਥੇ ਰੂਲ ਆਫ ਥੰਮ ਜਿਹੜਾ ਆ ਜਾਂਦਾ ਇੱਕ ਪੇਅਰ ਜਿਹੜਾ ਤੁਸੀਂ ਪਾ ਕੇ ਜਾਣਾ ਆ ਅਤੇ ਇੱਕ ਪੇਅਰ ਹੋਰ ਨਾਲ ਜਿਹੜਾ ਉਹਨੂੰ ਸਿਰਫ ਪੈਕ ਕਰ ਲਓ ਅਤੇ ਜਿਹੜੇ ਸ਼ੂਜ਼ ਦਾ ਭਾਰ ਸਭ ਤੋਂ ਜ਼ਿਆਦਾ ਉਹਨਾਂ ਦੋਨਾਂ ਪੇਅਰਸ ਦੇ ਵਿੱਚੋਂ ਉਸ ਸ਼ੂਜ਼ ਨੂੰ ਤੁਸੀਂ ਪਾ ਕੇ ਪਲੇਨ ਦੇ ਵਿੱਚ ਜਾਵੋ ਅਤੇ ਅੱਗੇ ਚੀਜ਼ ਆ ਜਾਂਦੀ ਆ ਹੇਅਰ ਡਰਾਇਰ ਹੁਣ ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਟਰੈਵਲ ਕਰਦੇ ਹਾਂ ਅਤੇ ਜਿਹੜਾ ਸਭ ਤੋਂ ਸਸਤਾ ਬਜਟ ਮੋਟਲ ਵੀ ਹੋਏਗਾ ਨਾ ਉਹਨਾਂ ਦੇ ਬਾਥਰੂਮਸ ਦੇ ਵਿੱਚ ਜਿਹੜੇ ਹੇਅਰ ਡਰਾਇਰਸ ਨੇ ਉਹ ਅਵੇਲੇਬਲ ਹੈਗੇ ਆ ਅਤੇ ਜੇ ਅਸੀਂ ਕਿਸੇ ਫੈਮਿਲੀ ਦੇ ਨਾਲ ਹੀ ਰੁਕਣਾ ਆ ਜਾ ਕੇ ਜਿੱਥੇ ਅਸੀਂ ਜਾ ਰਹੇ ਹਾਂ ਕਿਸੇ ਨੂੰ ਮਿਲਣ ਜਾ ਰਹੇ ਹਾਂ ਆਪਣੀ ਫੈਮਿਲੀ ਨੂੰ ਅਤੇ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਦੇ ਘਰ ਹੇਅਰ ਡਰਾਇਰ ਜਿਹੜਾ ਉਹ ਨਹੀਂ ਹੋਏਗਾ ਸੋ ਇਹ ਵੀ ਅਨਨੈਸੈਸਰੀ ਭਾਰ ਤੁਸੀਂ ਆਪਣੇ ਨਾਲ ਕੈਰੀ ਕਰਦੇ ਹੋ ਅਗਲੀ ਚੀਜ਼ ਆ ਜਾਂਦੀ ਹੈ ਕਹਿ ਦਿੰਦੇ ਨੇ ਇਹਨੂੰ ਮੇ ਬੀ ਆਊਟਫਿਟ ਅਤੇ ਮੇ ਬੀ ਆਊਟਫਿਟ ਦੇ ਵਿੱਚ ਆ ਜਾਂਦੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਕਿ ਤੁਸੀਂ ਆਪਣੇ ਕੱਪੜੇ ਜਿਹੜੇ ਜੋ ਇਸ ਓਕੇਜ਼ਨ ਲਈ ਤੁਸੀਂ ਜਾ ਰਹੇ ਹੋ ਉਹ ਤਾਂ ਤੁਸੀਂ ਲੈ ਕੇ ਜਾ ਹੀ ਰਹੇ ਹੋ ਕਿ ਇਸ ਫੰਕਸ਼ਨ ਦੇ ਉੱਤੇ ਮੈਂ ਇਹ ਕੱਪੜਾ ਪਾਉਣਾ ਆ ਇਸ ਫੰਕਸ਼ਨ ਦੇ ਉੱਤੇ ਮੈਂ ਆਹ ਡਰੈਸ ਪਾਉਣੀ ਆ ਅਤੇ ਤੁਸੀਂ ਨਾਲ ਸੋਚ ਲੈਂਦੇ ਹੋ ਕਿ ਸ਼ਾਇਦ ਮੈਂ ਆਹ ਡਰੈਸ ਵੀ ਪਾ ਲਵਾਂ ਅਤੇ ਉਸ ਡਰੈਸ ਨੂੰ ਫਿਰ ਜੇ ਤੁਸੀਂ ਪਤਾ ਆ ਕਿ ਤੁਸੀਂ ਆਲਰੇਡੀ ਗਿਣ ਕੇ ਹਰੇਕ ਓਕੇਜ਼ਨ ਦੇ ਲਈ ਡਰੈਸਿਸ ਲੈ ਕੇ ਜਾ ਰਹੇ ਹੋ ਅਤੇ ਫਿਰ ਉਹਦਾ ਭਾਰ ਚੁੱਕਣ ਦਾ ਕੀ ਆਈਡੀਆ ਬਣ ਜਾਂਦਾ ਇੰਨਾ ਕਰ ਸਕਦੇ ਹੋ ਕਿ ਜੇ ਤੁਸੀਂ ਇੱਕ ਅੱਧੀ ਡਰੈਸ ਜਿਹੜੀ ਲੈ ਕੇ ਜਾਣੀ ਨੇ ਕਿ ਜੇ ਸਪੋਜ਼ ਤੁਸੀਂ ਫੋਰ ਐਗਜ਼ਾਮਪਲ ਜਿੱਦਾਂ ਹੁਣ ਆਪਣੀਆਂ ਇੰਡੀਅਨ ਹੈਵੀ ਵੈਡਿੰਗਸ ਹੁੰਦੀਆਂ ਅਸੀਂ ਹੈਵੀ ਜਿਹੜੇ ਕੋਸਟਿਊਮਸ ਆ ਆਪਣੀਆਂ ਡਰੈਸਿਸ ਜਿਹੜੀਆਂ ਆ ਉਹ ਹੈਵੀ ਤੋਂ ਹੈਵੀ ਪਾਉਂਦੇ ਹਾਂ ਤਾਂ ਫਿਰ ਤੁਸੀਂ ਸੋਚਦੇ ਹੋ ਕਿ ਇਨ ਬਿਟਵੀਨ ਫੋਰ ਐਗਜ਼ਾਮਪਲ ਜੇ ਆਪਾਂ ਕਿਸੇ ਦੇ ਵਿਆਹ 'ਤੇ ਜਾ ਰਹੇ ਹਾਂ ਤਾਂ ਜਿਹੜਾ ਸਵੇਰ ਨੂੰ ਵਿਆਹ ਹੋਣਾ ਸ਼ਾਮ ਨੂੰ ਰਿਸੈਪਸ਼ਨ ਹੋਣੀ ਇਨ ਬਿਟਵੀਨ ਟਾਈਮਸ ਯੂ ਡੋਂਟ ਵਾਂਟ ਟੂ ਵੇਅਰ ਸਮਥਿੰਗ ਹੈਵੀ
ਤੇ ਤੁਸੀਂ ਸੋਚਦੇ ਹੋ ਕਿ ਮੈਂ ਇੱਕ ਅੱਧੀ ਡਰੈਸ ਜਿਹੜੀ ਹਲਕੀ ਜਿਹੜੀ ਹੈਗੀ ਹੈ ਡਰੈਸ ਪੈਂਟ ਟੋਪ ਹੋ ਗਈ ਜਾਂ ਡਰੈਸ ਹੋ ਗਈ ਉਹ ਮੈਂ ਪਾਉਣਾ ਚਾਹੁੰਦੀ ਹਾਂ ਤਾਂ ਉਹ ਦੈਟ ਇਜ਼ ਓਕੇ ਇੰਨਾ ਕੁ ਤੁਸੀਂ ਲਿਜਾ ਸਕਦੇ ਹੋ ਪਰ ਜੇ ਹੁਣ ਉਸੇ ਤਰ੍ਹਾਂ ਹੀ ਤੁਸੀਂ ਹਰੇਕ ਓਕੇਜ਼ਨ ਦੇ ਨਾਲ ਸੋਚੋ ਕਿ ਮੈਂ ਇੱਕ ਹਲਕੀ ਡਰੈਸ ਵੀ ਲੈ ਕੇ ਜਾਣੀ ਇਟਸ ਨੋਟ ਵਰਥ ਇਟ ਐਵੇਂ ਬਿਨਾਂ ਮਤਲਬ ਦਾ ਜਿਹੜਾ ਉਹ ਵੇਟ ਜਿਹੜਾ ਉਹ ਹੋ ਜਾਂਦਾ ਹੈ ਅਤੇ ਅੱਗੇ ਜਿਹੜੀ ਐਜ਼ ਏ ਰੂਲ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਤੁਸੀਂ ਆਪਣੇ ਕ੍ਰੈਡਿਟ ਕਾਰਡਸ ਜਿਹੜੇ ਲੈ ਕੇ ਜਾਂਦੇ ਹੋ ਸਿਰਫ ਦੋ ਕ੍ਰੈਡਿਟ ਕਾਰਡਸ ਆਪਣੇ ਨਾਲ ਲੈ ਕੇ ਜਾਵੋ ਕਈ ਵਾਰੀ ਤਾਂ ਇੱਦਾਂ ਹੋ ਜਾਂਦਾ ਕਿ ਤੁਸੀਂ ਇੱਕ ਜੇ ਹਸਬੈਂਡ ਵਾਈਫ ਜਾ ਰਹੇ ਹੋ ਤਾਂ ਇੱਕ ਹਸਬੈਂਡ ਲੈ ਜਾਵੇ ਅਤੇ ਇੱਕ ਵਾਈਫ ਲੈ ਜਾਵੇ ਤੁਹਾਡਾ ਸਪਾਊਸ ਜਿਹੜਾ ਇੱਕ ਉਹ ਲੈ ਜਾਵੇ ਇੱਕ ਤੁਸੀਂ ਲੈ ਜਾਓ ਅਤੇ ਬਾਕੀ ਦੇ ਜਿਹੜੇ ਕਾਰਡਸ ਹੈਗੇ ਆ ਉਹ ਤੁਸੀਂ ਆਪਣੇ ਕਿਤੇ ਕਾਰਡ ਨੰਬਰਸ ਜਿਹੜੇ ਹੈ ਆਪਣੇ ਰੱਖੇ ਜਾਓ ਘਰ ਦੇ ਵਿੱਚ ਕਿਤੇ ਸੇਫ ਜਗ੍ਹਾ ਦੇ ਉੱਤੇ ਪਰ ਜਿਹੜੇ ਤੁਸੀਂ ਲੈ ਕੇ ਵੀ ਜਾ ਰਹੇ ਹੋ ਕਾਰਡ ਨਾ ਉਹਨਾਂ ਦੇ ਵੀ ਜਿਹੜੇ ਕਾਰਡ ਨੰਬਰਸ ਹੈਗੇ ਆ ਨਾ ਉਹ ਅਤੇ ਜਿਹੜੇ ਜਿਸ ਬੈਂਕ ਦਾ ਤੁਹਾਨੂੰ ਕਾਰਡ ਹੈਗਾ ਉਸਦਾ ਫੋਨ ਅਤੇ ਕੋਂਟੈਕਟਸ ਜਿਹੜੇ ਆ ਉਹ ਜ਼ਰੂਰ ਨਾਲ ਲੈ ਕੇ ਜਾਵੋ ਜੇ ਇਨ ਕੇਸ ਰੱਬ ਨਾ ਕਰੇ ਉੱਥੇ ਤੁਹਾਡੇ ਜਿਹੜੇ ਇਹ ਕ੍ਰੈਡਿਟ ਕਾਰਡਸ ਨੇ ਉਹ ਗੁਆਚ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਜਾਂ ਕਿਤੇ ਤੁਸੀਂ ਇੱਦਾਂ ਦੀ ਜਗ੍ਹਾ 'ਤੇ ਕਿਤੇ ਤੁਸੀਂ ਰੱਖ ਲਏ ਨੇ ਕਿ ਤੁਹਾਨੂੰ ਲੱਭ ਹੀ ਨਹੀਂ ਰਹੇ ਅਤੇ ਤੁਹਾਨੂੰ ਉਹਨੂੰ ਰਿਪੋਰਟ ਕਰਨਾ ਹੀ ਪੈਣਾ ਆ ਉਹ ਜ਼ਰੂਰ ਲਿਖ ਕੇ ਲੈ ਜਾਓ ਪਰ ਨਾਲ ਦੀ ਨਾਲ ਇਹ ਜਿਹੜੀ ਇਨਫੋਰਮੇਸ਼ਨ ਲਿਖ ਕੇ ਲੈ ਕੇ ਜਾ ਰਹੇ ਹੋ ਨਾ ਇਹਨੂੰ ਅਲੱਗ ਜਗ੍ਹਾ 'ਤੇ ਪੈਕ ਕਰੋ ਕਿਉਂਕਿ ਆਪਣੇ ਪਰਸ ਦੇ ਵਿੱਚ ਹੀ ਨਹੀਂ ਲਿਖ ਕੇ ਰੱਖੋ ਜਾਂ ਆਪਣੇ ਵਾਲਟ ਦੇ ਵਿੱਚ ਹੀ ਨਾ ਲਿਖ ਕੇ ਰੱਖੋ ਕਿਉਂਕਿ ਜੇ ਵਾਲਟ ਚੋਰੀ ਹੋ ਗਿਆ ਵਾਲਟ ਕਿਤੇ ਡਿੱਗ ਪਿਆ ਪਰਸ ਚੋਰੀ ਹੋ ਗਿਆ ਅਤੇ ਫਿਰ ਉਹ ਇਨਫੋਰਮੇਸ਼ਨ ਵੀ ਜਿਹੜੀ ਆ ਉਹ ਨਾਲ ਦੀ ਨਾਲ ਚੋਰੀ ਹੋ ਹੀ ਜਾਣੀ ਆ ਅਤੇ ਫਿਰ ਅੱਗੇ ਆ ਜਾਂਦੀ ਆ ਜਿਹੜੇ ਚੈੱਕਡ ਬੈਗ ਹੈਗੇ ਆ ਜੇ ਹੁਣ ਅਸੀਂ ਫੈਮਿਲੀ ਆਫ ਫੋਰ ਨੇ ਜਾਣਾ ਹੈਗਾ ਆ ਅਤੇ ਜ਼ਰੂਰੀ ਨਹੀਂ ਹੈਗੇ ਕਿ ਅਸੀਂ ਚਾਰ ਬੈਗ ਜਿਹੜੇ ਚੈੱਕਡ ਇਨ ਕਰੀਏ ਕਿਉਂਕਿ ਪਤਾ ਹੈ ਕਿ ਕੋਈ ਵੀ ਏਅਰਲਾਈਨ ਆ ਚਾਹੇ ਉਹ ਡੋਮੈਸਟਿਕ ਆ ਚਾਹੇ ਉਹ ਇੰਟਰਨੈਸ਼ਨਲ ਹੈਗੀ ਆ ਪੈਸੇ ਚਾਰਜ ਜਿਹੜੇ ਉਹ ਹੋਣੇ ਹੋਣੇ ਨੇ ਜਿਹੜੇ ਚੈੱਕ ਬੈਗੇਜਿਸ ਅਸੀਂ ਕਰਨੇ ਨੇ ਸੋ ਬਜਾਏ ਚਾਰ ਮੈਂਬਰਸ ਦੇ ਚਾਰ ਬੈਗ ਲੈ ਕੇ ਜਾਣੇ ਦੇ ਨਾਲੋਂ ਚਾਰ ਚੈੱਕਡ ਇਨ ਨਾਲੋਂ ਤੁਸੀਂ ਦੋ ਚੈੱਕਡ ਇਨ ਲੈ ਜਾਓ ਅਤੇ ਆਪਣੇ ਜਿਹੜੇ ਕੱਪੜੇ ਪਾਉਣੇ ਆ ਉਹਦੇ ਵਿੱਚ ਬੈਗ ਦੇ ਵਿੱਚ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ 6-7 ਦਿਨ ਲੈ ਜਾ ਰਹੇ ਹੋ ਇਟਸ ਨਾਟ ਸੋ ਮੈਨੀ ਕਲੋਥ ਸੋ ਮਚ ਸਟੱਫ ਇਟਸ ਨਾਟ ਨੈਸੈਸਰੀ ਟੂ ਕੈਰੀ ਅਤੇ ਤੁਸੀਂ ਜਿਹੜਾ ਆਪਣੇ ਆਲਮੋਸਟ ਜਿਹੜੇ ਤੁਸੀਂ ਇਹ ਕਹਿ ਲਓ ਕਿ $100 ਤੱਕ ਵੀ ਤੁਸੀਂ ਰਾਊਂਡ ਟ੍ਰਿਪ ਦੇ ਵਿੱਚ ਤੁਸੀਂ ਬਚਾ ਸਕਦੇ ਹੋ ਸੋ ਇਹਦੇ ਵਿੱਚ ਨਾਲ ਦੀ ਨਾਲ ਇਹ ਜ਼ਰੂਰ ਕਹਿਦਾ ਕਿ ਆਪਣਾ ਜਿਹੜਾ ਤੁਸੀਂ ਫੋਨ ਲੈ ਕੇ ਜਾ ਰਹੇ ਹੋ ਨਾ ਉਹਦੇ 'ਚ ਬੋਨਸ ਪੁਆਇੰਟ ਦੇ ਤੌਰ 'ਤੇ ਮੈਂ ਤੁਹਾਨੂੰ ਇਹ ਟਿਪ ਦੇ ਰਹੀ ਹਾਂ ਕਿ ਉਹਦੇ ਵਿੱਚੋਂ ਕੋਈ ਵੀ ਜਿਹੜਾ ਇੰਪੋਰਟੈਂਟ ਕੋਂਟੈਕਟ ਹੈਗਾ ਤੁਹਾਡਾ ਨੰਬਰ ਉਹ ਜਿਹੜਾ ਉਸ ਫੋਨ ਦੇ ਵਿੱਚੋਂ ਇੱਦਾਂ ਨਾ ਹੋਵੇ ਕਿ ਤੁਸੀਂ ਕਿਤੇ ਘਰ ਲਿਖ ਕੇ ਡਾਇਰੀ 'ਤੇ ਰੱਖਿਆ ਹੋਇਆ ਉਹਨੂੰ ਫੋਨ ਦੇ ਵਿੱਚ ਜ਼ਰੂਰ ਸੇਵ ਕਰੋ ਫੋਰ ਐਗਜ਼ਾਮਪਲ ਆਪਾਂ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਏਅਰਲਾਈਨ ਦੀ ਇਨਫੋਰਮੇਸ਼ਨ ਦੇ ਲਈ ਜੇ ਕਿਤੇ ਤੁਹਾਨੂੰ ਚਾਹੀਦਾ ਕੋਂਟੈਕਟ ਨੰਬਰ ਉਹ ਜ਼ਰੂਰੀ ਹੋਵੇ ਹੋਟਲ ਦਾ ਨੰਬਰ ਜਿੱਥੇ ਤੁਸੀਂ ਜਾ ਕੇ ਰਹਿ ਰਹੇ ਹੋ ਉਸ ਹੋਟਲ ਦਾ ਨੰਬਰ ਹੋਵੇ ਜਿੱਥੋਂ ਤੁਸੀਂ ਕਾਰ ਰੈਂਟ 'ਤੇ ਕਰਨੀ ਆ ਉਹ ਨੰਬਰ ਵੀ ਤੁਸੀਂ ਸੇਵ ਕੀਤਾ ਹੋਵੇ ਤੁਹਾਡਾ ਡੋਗ ਸਿਟਰ ਆ ਜਿਹੜਾ ਤੁਸੀਂ ਆਪਣੇ ਪੈਟਸ ਨੂੰ ਜਿੱਥੇ ਛੱਡ ਕੇ ਜਾ ਰਹੇ ਹੋ ਔਰ ਵਟਐਵਰ ਜਿਹੜੇ ਵੀ ਜ਼ਰੂਰੀ ਨੰਬਰ ਜਿਹੜੇ ਆ ਉਹ ਸਾਰੇ ਦੇ ਸਾਰੇ ਆਪਣੇ ਫੋਨ ਦੇ ਵਿੱਚ ਜ਼ਰੂਰ ਲਿਖ ਕੇ ਜਾਓ ਚਾਂਸਿਸ ਤਾਂ ਇਹੀ ਹੁੰਦੇ ਆ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਸੇ ਵੀ ਦੀ ਵੀ ਜ਼ਰੂਰਤ ਨਹੀਂ ਪੈਣੀ ਹੁੰਦੀ ਪਰ ਐਟਲੀਸਟ ਇਹ ਤੁਹਾਡੇ ਕੋਲ ਹੋਣ ਜਦੋਂ ਤੁਹਾਨੂੰ ਚਾਹੀਦੇ ਹੋਣ ਸੋ ਦੋਸਤੋ ਇਹ ਸੀਗੇ ਕੁਛ ਟਿਪਸ ਜਿਹੜੇ ਮੈਨੂੰ ਲੱਗਦਾ ਕਿ ਇਹ ਟਿਪਸ ਜਿਹੜੇ ਸ਼ੇਅਰ ਕਰਨੇ ਜ਼ਰੂਰੀ ਹੈਗੇ ਕਿ ਜਦੋਂ ਅਸੀਂ ਕਿਤੇ ਵੀ ਜਾ ਰਹੇ ਹਾਂ ਅਸੀਂ ਕਿਤੇ ਵੀ ਟਰੈਵਲ ਕਰ ਰਹੇ ਹਾਂ ਸੋ ਪੈਕ ਯੂਰਸੈਲਫ ਲਾਈਟ ਜਿਹੜਾ ਕੰਕਲੂਜ਼ਨ ਇਹਦਾ ਇਹ ਹੈਗਾ ਕਿ ਜਿਹੜੀਆਂ ਚੀਜ਼ਾਂ ਨਹੀਂ ਜ਼ਰੂਰੀ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਜਾਓ ਵੈਲਿਊਏਬਲ ਚੀਜ਼ਾਂ ਨਾਲ ਲੈ ਕੇ ਜਾਓ ਤਾਂ ਕਿ ਉਹ ਤੁਹਾਡੀਆਂ ਗੁਆਚ ਨਾ ਹੋ ਜਾਣ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਇਸ ਤਰ੍ਹਾਂ ਨਹੀਂ ਹੁੰਦੀਆਂ ਜਿਹਦੇ ਨਾਲ ਅਸੀਂ ਇਮੋਸ਼ਨਲੀ ਅਟੈਚਡ ਹੁੰਦੇ ਹਾਂ ਔਰ ਉਹ ਚੀਜ਼ਾਂ ਜੇ ਗੁਆਚ ਜਾਂਦੀਆਂ ਆ ਜੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਟਰੈਵਲ ਇੰਸ਼ੋਰੈਂਸ ਵੀ ਹੈਗੀ ਆ ਐਂਡ ਦੇ ਵਿਲ ਰਿਪਲੇਸ ਦਾ ਵੈਲਿਊ ਪਰ ਜਿਹੜੀਆਂ ਤੁਹਾਡੀਆਂ ਇਮੋਸ਼ਨਸ ਉਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਹੁੰਦੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਰਿਪਲੇਸ ਨਹੀਂ ਕਰ ਸਕਦੇ ਸੋ ਇਫ ਇਟਸ ਨਾਟ ਨੈਸੈਸਰੀ ਤੁਸੀਂ ਉਹਨਾਂ ਨੂੰ ਛੱਡ ਕੇ ਜਾ ਸਕਦੇ ਹੋ ਅਤੇ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ ਜੋ ਕਿ ਪੰਜਾਬ ਰੌਕਸ ਦੇ ਸਹਿਯੋਗ ਨਾਲ VPO ਵੈਬ ਇੰਟਰਨੈਸ਼ਨਲ ਦੀ ਟੀਮ ਵੱਲੋਂ ਪੇਸ਼ ਕੀਤਾ ਜਾਂਦਾ ਹੈ ਅਤੇ ਇੱਕ ਹਰੋਹੀ ਸਾਬੂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇੱਕ
ਹੋਰ ਬਹੁਤ ਹੀ ਖੂਬਸੂਰਤ ਜਿਹਾ ਗੀਤ। ਔਰ ਜੇ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀਆਂ ਰਿਕਾਰਡਿੰਗਸ ਜਿਹੜੀਆਂ ਆ ਉਹ ਤੁਸੀਂ ਕਰਕੇ ਮੈਨੂੰ ਵਟਸਐਪ ਕਰ ਸਕਦੇ ਹੋ 4165432078 ਦੇ ਉੱਪਰ, ਅਤੇ ਜਾਂ ਫਿਰ ਸਾਡਾ ਜਿਹੜਾ ਫੇਸਬੁੱਕ ਦਾ ਆਵਾਜ਼ ਇੰਟਰਨੈਸ਼ਨਲ ਜਿਹੜਾ ਪੇਜ ਹੈ ਤੁਸੀਂ ਉਹਦੇ 'ਤੇ ਵੀ ਭੇਜ ਸਕਦੇ ਹੋ, ਇਨਬੋਕਸ ਕਰ ਸਕਦੇ ਹੋ। ਅਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਹਾਂ ਕੁਛ ਵੀ ਤੁਸੀਂ ਭੇਜੋਗੇ ਮੈਂ ਉਸਨੂੰ ਇਸ ਪ੍ਰੋਗਰਾਮ ਦਾ ਜਿਹੜਾ ਹਿੱਸਾ ਜ਼ਰੂਰ ਬਣਾਉਂਗੀ। ਸੋ ਸੁਣਦੇ ਹਾਂ ਰੋਹਿਤ ਸਾਬੂ ਦੀ ਹੀ ਆਵਾਜ਼ ਦੇ ਵਿੱਚ ਇੱਕ ਹੋਰ ਬਹੁਤ ਹੀ ਖੂਬਸੂਰਤ ਗਾਇਆ ਹੋਇਆ ਉਹਨਾਂ ਦਾ ਇਹ ਗੀਤ। ਜਾਓ ਲੈ ਜਾਓ ਨੀਂਦ ਮੇਰੀ, ਉਫ ਨਾ ਕਰੇਂਗੇ ਹਮ, ਜੋ ਲੈ ਜਾਓਗੇ ਖਵਾਬ ਮੇਰੇ ਤੋ ਕੈਸੇ ਜੀਏਂਗੇ ਹਮ। ਜਾਓ ਲੈ ਜਾਓ ਨੀਂਦ ਮੇਰੀ, ਉਫ ਨਾ ਕਰੇਂਗੇ ਹਮ, ਜੋ ਲੈ ਜਾਓਗੇ ਖਵਾਬ ਮੇਰੇ ਤੋ ਕੈਸੇ ਜੀਏਂਗੇ ਹਮ। ਜੀਨਾ ਹਮਕੋ ਆਤਾ ਹੀ ਨਹੀਂ ਤੇਰੀ ਸਾਂਸੋ ਕੇ ਸਿਵਾ, ਮਰਨਾ ਭੀ ਅਬ ਨਾਮੁਮਕਿਨ ਹੈ ਤੇਰੀ ਬਾਹੋ ਕੇ ਸਿਵਾ। ਲੋ ਮਾਨ ਲਿਆ ਹਮਨੇ ਪਰਵਾਹ ਨਹੀਂ ਤੁਮਕੋ, ਤੁਮ ਯਾਦ ਨਹੀਂ ਹਮਕੋ, ਹਮ ਯਾਦ ਨਹੀਂ ਤੁਮਕੋ। ਬਸ ਇੱਕ ਦਫਾ ਮੁੜ ਕੇ ਦੇਖੋ ਐ ਯਾਰ ਜ਼ਰਾ ਹਮਕੋ। ਲੋ ਮਾਨ ਲਿਆ ਹਮਨੇ ਹੈ ਪਿਆਰ ਨਹੀਂ ਤੁਮਕੋ, ਤੁਮ ਯਾਦ ਨਹੀਂ ਹਮਕੋ, ਹਮ ਯਾਦ ਨਹੀਂ ਤੁਮਕੋ। ਲੋ ਮਾਨ ਲਿਆ ਦੇਖਾ ਹੀ ਨਹੀਂ ਤੇਰੇ ਕਾਂਧੇ ਕਾ ਵੋ ਤਿਲ, ਲੋ ਮਾਨ ਲਿਆ ਟੂਟਾ ਹੀ ਨਹੀਂ ਤੇਰੇ ਹਾਥੋਂ ਸੇ ਮੇਰਾ ਦਿਲ। ਛਾਓ ਮੈਂ ਤੇਰੀ ਬੀਤੀ ਹੀ ਨਹੀਂ ਵੋ ਗਰਮੀ ਕੀ ਬਾਤੇ, ਬਾਹੋਂ ਮੈਂ ਤੇਰੀ ਗੁਜ਼ਰੀ ਹੀ ਨਹੀਂ ਵੋ ਸਰਦੀ ਕੀ ਰਾਤੇ। ਲੋ ਮਾਨ ਲਿਆ ਹਮਨੇ ਐਤਬਾਰ ਨਹੀਂ ਤੁਮਕੋ, ਤੁਮ ਯਾਦ ਨਹੀਂ ਹਮਕੋ, ਹਮ ਯਾਦ ਨਹੀਂ ਤੁਮਕੋ। ਥੈਂਕ ਯੂ ਜੀ। ਦੋਸਤੋ ਤੁਸੀਂ ਸੁਣਿਆ ਹੁਣੇ ਰੋਹਿਤ ਸਾਬੂ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ, ਬਹੁਤ ਹੀ ਖੂਬਸੂਰਤ ਆਵਾਜ਼ ਉਹਨਾਂ ਦੀ। ਔਰ ਜਿਸ ਤਰ੍ਹਾਂ ਕਿ ਪਤਾ ਹੈ ਕਿ ਜਦੋਂ ਅਸੀਂ ਮਿਊਜ਼ਿਕ ਤੋਂ ਬਿਨਾਂ ਗਾਉਂਦੇ ਹਾਂ ਓਬਵੀਅਸਲੀ ਇਟਸ ਵੈਰੀ ਹਾਰਡ ਟੂ ਸਿੰਗ, ਪਰ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਸਾਬੂ ਜੀ ਨੇ। ਸੋ ਥੈਂਕ ਯੂ ਸੋ ਮਚ ਸਾਬੂ ਜੀ ਇਸ ਗੀਤ ਨੂੰ ਭੇਜਣੇ ਦੇ ਲਈ। ਅਤੇ ਦੋਸਤੋ ਜੇ ਤੁਸੀਂ ਵੀ ਆਪਣਾ ਕੋਈ ਗੀਤ ਮੈਨੂੰ ਰਿਕਾਰਡ ਕਰਕੇ ਆਪਣੀ ਆਵਾਜ਼ ਦੇ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਐਕਚੁਲੀ ਵਟਸਐਪ ਦੇ ਉੱਤੇ ਭੇਜ ਸਕਦੇ ਹੋ 4165432078 ਤੇ, ਅਤੇ ਜਾਂ ਫਿਰ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈ ਆਵਾਜ਼ ਇੰਟਰਨੈਸ਼ਨਲ AWAZ ਇੰਟਰਨੈਸ਼ਨਲ, ਉਹਦੇ 'ਤੇ ਵੀ ਤੁਸੀਂ ਭੇਜ ਸਕਦੇ ਹੋ। ਅਤੇ ਦੋਸਤੋ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਬਹੁਤ ਹੀ ਗਰਮਾ ਗਰਮੀ ਹੈ ਇਲੈਕਸ਼ਨਸ ਦੇ ਰਿਜ਼ਲਟ ਦੇ ਬਾਰੇ, ਤਕਰੀਬਨ ਪਿਛਲਿਆਂ 2 ਮਹੀਨਿਆਂ ਤੋਂ ਹੀ ਕਾਫੀ ਹਾਈ ਪਿੱਚ ਜਿਹੜੀਆਂ ਕੈਂਪੇਨਿੰਗਸ ਹੋ ਰਹੀਆਂ ਸੀਗੀਆਂ, ਅਤੇ ਉਸ ਤੋਂ ਬਾਅਦ ਜਿਹੜੇ ਹੈਕਟਿਕ ਪੋਲ ਸਕੈਜੂਲ ਸੀਗੇ, ਉਸ ਤੋਂ ਬਾਅਦ ਹੁਣ ਆ ਗਿਆ ਅੱਜ ਟਾਈਮ ਜਿਹੜੇ ਐਗਜ਼ਿਟ ਪੋਲਸ ਨੇ ਉਹ ਕੀ ਪ੍ਰੋਡਿਕਟ ਕਰਦੇ ਨੇ ਉਸ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਅਸੀਂ ਸੁਖਨੈਬ ਸਿੱਧੂ ਜੀ ਤੋਂ ਪੰਜਾਬ ਤੋਂ। ਸੁਖਨੈਬ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ। ਉਹ ਕਹਿੰਦੇ ਮੈਂ ਦੇਰ ਕਰਤਾ ਨਹੀਂ, ਦੇਰ ਹੋ ਜਾਂਦੀ ਹੈ, ਮਤਲਬ ਦੇਰ ਹੋ ਜਾਂਦੀ ਹੈ ਜੀ, ਕਈ ਦਿਨਾਂ ਦੇ ਬਾਹਰ ਗਿਆ ਹੋਇਆ ਸੀ, ਹੁਣ ਮੈਂ ਘਰੇ ਪਹੁੰਚਿਆ ਤੇ
20-25 ਮਿੰਟ ਲੇਟ ਆ। ਚਲੋ ਖੈਰ ਅਸੀਂ ਨਾਲ ਗੱਲ ਛੇੜੀਏ ਇਲੈਕਸ਼ਨ ਦੀ, ਤੁਸੀਂ ਸ਼ੁਰੂ ਕਰਤਾ ਜੀ। ਹਾਂਜੀ, ਤੇ ਗੱਲ ਕਰਦੇ ਜਿਹੜੇ ਐਗਜ਼ਿਟ ਪੋਲਸ ਦੇ ਜਿਹੜੇ ਹੁਣ ਰਿਜ਼ਲਟਸ ਆ ਰਹੇ ਨੇ, ਉਹ ਕਾਫੀ ਜੋ ਕੁਛ ਅਸੀਂ ਸੁਣ ਰਹੇ ਸੀਗੇ ਕੈਂਪੇਨਿੰਗ ਦੇ ਦੌਰਾਨ ਐਂਡ ਆਲ ਦੋਸ, ਉਹਨਾਂ ਤੋਂ ਕਾਫੀ ਹਟਵੇਂ ਆ ਰਹੇ ਨੇ, ਤੇ ਉਹਨਾਂ ਬਾਰੇ ਹੀ ਅਸੀਂ ਅੱਜ ਕੱਲ ਕਰ। ਹਾਂਜੀ, ਮੈਂ ਪਹਿਲਾਂ ਇਹ ਤੋਂ ਪਹਿਲਾਂ ਆਪਾਂ ਥੋੜੀ ਗੱਲ ਇਹ ਕਰ ਲਈਏ, ਕਿਉਂਕਿ ਇਲੈਕਸ਼ਨ ਕੱਲ ਹੀ ਹੋਈ ਹੈ ਤੁਹਾਡੇ ਮੁਤਾਬਕ, ਅੱਜ ਹੀ ਹੋਣੀ ਸੀ ਜੀ ਜੀ, ਤੇ ਇਸ ਇਲੈਕਸ਼ਨ ਦਾ ਥੋੜੀ ਜਿਹੀ ਆਪਾਂ ਨਾਲ ਹੋਰ ਚਰਚਾ ਵੀ ਕਰ ਲਈਏ, ਕਿਉਂਕਿ ਇੱਕ ਪਾਸੇ ਇਲੈਕਸ਼ਨ ਹੋ ਕੇ ਹਟੀ ਹੈ ਤੇ ਜਿਹੜੀ ਵੋਟ ਪਰਸੈਂਟੇਜ ਹੈ ਉਹ ਉਹਦੀ ਮੈਂ ਡਿਟੇਲ ਦੇ ਰਿਹਾ ਕਿ 64% ਵੋਟਿੰਗ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੋਈ ਹੈ, ਔਰ ਇਹਨੂੰ ਬਹੁਤਾ ਮਾੜਾ ਵੀ ਨੀ ਕਿਹਾ ਜਾ ਸਕਦਾ ਤੇ ਚੰਗਿਆਂ ਦੇ ਵਿੱਚ ਵੀ ਨਹੀਂ ਹੈ। ਸੱਤਵਾਂ ਦੌਰ ਲਾਸਟ ਗੇੜ ਸੀਗਾ, 8 ਸੂਬੇ ਤੇ 59 ਸੀਟਾਂ ਦੇ ਉੱਤੇ ਵੋਟਿੰਗ ਹੋਣੀ ਸੀ, ਜਿਹਦੇ ਚ ਪੰਜਾਬ ਸਮੇਤ ਕਈ ਹੋਰ ਰਾਜ ਸੀ, 8 ਹਿਮਾਚਲ ਦੇ ਵਿੱਚ ਵੀ ਸੀ। ਕੱਲ ਮੈਂ ਹਿਮਾਚਲ ਚ ਸੀ, ਉੱਥੇ ਤੁਹਾਨੂੰ ਚੋਣਾਂ ਵਰਗਾ ਮਾਹੌਲ ਲੱਗਦਾ ਨੀ ਸੀ, ਕੁਛ ਕੁ ਪਿੰਡਾਂ ਦੇ ਵਿੱਚ ਅਸੀਂ ਗਏ ਉੱਥੇ ਜ਼ਰੂਰ, ਕਿਉਂਕਿ ਪਹਾੜੀ ਏਰੀਆ ਹੁੰਦਾ ਗਾ, ਇੱਕ ਥਾਂ ਦੇ ਉੱਤੇ ਕੋਈ 10 ਬੰਦੇ ਬੈਠੇ ਨੇ, ਬਸ ਤਾਂ ਮੈਕਸੀਮਮ ਹੁੰਦੇ ਸੀ ਉਹ ਬੀਜੇਪੀ ਦੇ ਹੁੰਦੇ ਸੀ, ਤੇ ਬਾਕੀ ਥਾਵਾਂ ਦੇ ਉੱਤੇ ਜਿਹੜੇ ਕਾਂਗਰਸ ਵਾਲੇ ਆ ਉਹਨਾਂ ਦਾ ਕਈ ਥਾਵਾਂ ਦੇ ਉੱਤੇ ਬੂਥ ਹੀ ਨੀ ਲੱਗਿਆ ਸੀ। ਸੋਲਨ ਦੇ ਵਿੱਚ ਝੰਡੇ ਝੁੰਡੇ ਲੱਗੇ ਜ਼ਰੂਰ ਦਿੱਤੇ ਸੀ, ਉੱਥੋਂ ਇਹ ਕਿਹਾ ਜਾ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਬੀਜੇਪੀ ਹੈ ਜਿਹੜੀ ਉਹ ਜ਼ਿਆਦਾ ਵਧੀਆ, ਔਰ ਅਸੀਂ ਜਿਹੜੇ ਐਗਜ਼ਿਟ ਪੋਲ ਬਣਾ ਲੈਂਦੇ ਆ ਲੋਕ। ਬਾਕੀ ਗੱਲ ਇਹ ਹੈ ਕਿ ਝੰਡਾ ਜੀ ਦਾ ਮਰਜ਼ੀ ਲੱਗਿਆ ਹੋਇਆ ਵੋਟ ਕਿਹਨੂੰ ਪਾਉਣੀ ਹੈ ਤਾਂ ਟਾਈਮ ਦੱਸੋ, ਪਰ ਪੰਜਾਬ ਦੇ ਵਿੱਚ ਸਿਰ ਧੜ ਦੀ ਬਾਜੀ ਹੈ ਜਿਹੜੀ ਉਹ ਬਹੁਤ ਲੋਕਾਂ ਦੀ ਲੱਗੀ ਹੋਈ ਸੀ। ਇੱਕ ਤਾਂ ਅੰਕੜੇ ਇਹ ਨੇ ਕਿ ਗੁਰਦਾਸਪੁਰ ਦੇ ਵਿੱਚ ਕੱਲ 6 ਵਜੇ ਤੱਕ ਦੇ ਜਿਹੜੇ ਡਿਟੇਲਸ ਨੇ ਉਹਦੇ ਤੇ 69.30% ਵੋਟਿੰਗ ਹੋਈ ਹੈ, ਭਾਵ ਆਪਾਂ 70% ਤੋਂ ਥੋੜੀ ਜਿਹੀ ਘੱਟ, ਤੇ ਅੰਮ੍ਰਿਤਸਰ ਵਾਲਿਆਂ ਨੇ 56% ਵੋਟਿੰਗ ਕੀਤੀ ਹੈ, 56.35% ਉੱਥੋਂ ਦੀ ਹੈ। ਖਡੂਰ ਸਾਹਿਬ ਦੇ ਵਿੱਚ ਇਹ ਅੰਕੜੇ ਵੱਧ ਕੇ 64% ਹੋ ਗਏ ਨੇ, 64% 17। ਜਲੰਧਰ ਵਾਲੇ ਵੋਟਿੰਗ ਦੇ ਮਾਮਲੇ ਥੋੜਾ ਪਿੱਛੇ ਰਹਿੰਦੇ ਹੁੰਦੇ ਆ, ਇਹਨਾਂ ਨੇ 62% ਵੋਟਿੰਗ ਕੀਤੀ ਹੈ, 62% ਤੁਸੀਂ ਕਾਊਂਟ ਕਰ ਸਕਦੇ ਹੋ, 68 ਪੁਆਇੰਟ ਹੈ ਨਾਲ। ਹੁਸ਼ਿਆਰਪੁਰ ਵਾਲੇ ਵੀ ਪੜ੍ਹੇ ਲਿਖੇ ਨੇ, ਕਹਿੰਦੇ ਵੋਟਾਂ ਤੋਂ ਆਪਾਂ ਲੈਣਾ ਕੀ ਹੈ, ਉਹਨਾਂ ਨੇ 61% ਵੋਟਿੰਗ ਕੀਤੀ ਹੈ, 60% 92% 60.92%। ਅਨੰਦਪੁਰ ਸਾਹਿਬ ਤੋਂ 63.9%। ਲੁਧਿਆਣਾ ਚ ਸਭ ਤੋਂ ਘੱਟ ਵੋਟਿੰਗ ਅਸੀਂ ਕਹਿ ਸਕਦੇ ਹਾਂ, ਹਾਲਾਂਕਿ ਇੱਥੇ ਨਹੀਂ ਹੋਣੀ ਚਾਹੀਦੀ ਸੀ, ਇੱਥੇ ਜਮਾ ਹੀ ਘੱਟ ਗਈ ਹੈ, ਇੱਥੇ 69.33% ਵੋਟਿੰਗ ਹੋਈ ਹੈ ਪੰਜਾਬ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਸਭ ਤੋਂ ਘੱਟ, ਸੋਰੀ ਅੰਮ੍ਰਿਤਸਰ ਤੋਂ ਬਾਅਦ ਲੁਧਿਆਣੇ ਚ ਘੱਟ, ਲੁਧਿਆਣੇ ਚ ਵੈਸੇ ਵੋਟਿੰਗ ਵੱਧ ਹੁੰਦੇ ਸਾਰ ਹੁੰਦੇ ਆ। ਫਤਿਹਗੜ੍ਹ ਸਾਹਿਬ ਦੇ ਵਿੱਚ 64.78% ਵੋਟਿੰਗ, ਤੇ ਫਰੀਦਕੋਟ ਦੇ ਵਿੱਚ 62.74%। ਫਿਰੋਜ਼ਪੁਰ ਦੇ ਵਿੱਚ ਵੋਟਿੰਗ ਜ਼ਿਆਦਾ ਭੁਗਤੀ ਹੈ, ਇੱਥੇ 66.39%, ਤੇ ਬਠਿੰਡਾ ਦੇ ਤਾਂ ਵੋਟਾਂ ਪਾਉਣ ਵਾਸਤੇ ਜਿਵੇਂ ਖੜੇ ਹੁੰਦੇ ਆ ਉੱਥੇ 73.90% 74 ਕਹਿ ਸਕਦੇ ਹੋ ਤੁਸੀਂ। ਸੰਗਰੂਰ ਚ ਭਗਵੰਤ ਮਾਨ ਹੋਰੇ ਮੈਦਾਨ ਚ ਵੋਟਾਂ ਉੱਥੇ ਵੀ ਪੂਰੀਆਂ ਪਈਆਂ, ਉੱਥੇ 70.76% ਵੋਟਿੰਗ ਹੋਈ ਹੈ, 65% ਜਿਹੜੀਆਂ ਵੋਟਿੰਗ ਹੈ ਉਹ ਲਗਭਗ 65% ਤੁਸੀਂ ਕਾਊਂਟ ਕਰ ਸਕਦੇ ਹੋ ਪਟਿਆਲਾ ਦੇ ਵਿੱਚ। ਇਸੇ ਤਰ੍ਹਾਂ ਹੀ ਕੁਛ ਕੁ ਘਟਨਾਕ੍ਰਮ ਵਾਪਰੇ ਆ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਸੀ ਉਹਦੇ ਗੋਲੀ ਮਾਰੀ ਗਈ ਹੈ, ਗਿੱਤਲਵੰਡੀ ਸਾਬੋ ਦੇ ਵਿੱਚ ਦੋਸ਼ ਅਕਾਲੀਆਂ ਨੇ ਕਾਂਗਰਸੀਆਂ ਤੇ ਲਾਇਆ। ਬਠਿੰਡੇ ਦੇ ਵਿੱਚ ਇੱਕ ਸਰਪੰਚ ਵੜਕਾਇਆ, ਉੱਥੇ ਵੀ ਕਹਿੰਦੇ ਵੀ ਇਹ ਅਕਾਲੀਆਂ ਦਾ ਸੀਗਾ ਸਰਪੰਚ ਦੱਸਿਆ ਜਾਂਦਾ ਹੈ, ਨੇੜੇ ਦੇ ਪਿੰਡ ਦਾ ਕਿਸੇ ਦਾ ਅਕਾਲੀ ਕਹਿੰਦੇ ਜੀ ਸਾਡੇ ਬੰਦੇ ਤੇ ਉਹੀ ਅਟੈਕ ਹੋ ਗਿਆ, ਕਾਂਗਰਸ ਵਾਲੇ ਕਹਿੰਦੇ ਪੈਸੇ ਵੰਡਦਾ ਸੀ। ਇਹ ਦੋਵੇਂ ਗੱਲਾਂ ਸਹੀ ਵੀ ਹੋ ਸਕਦੀਆਂ, ਔਰ ਪੁਖਤਾ ਡਿਟੇਲਸ ਆ ਜਿਹੜੀਆਂ ਮੀਡੀਆ ਰਾਹੀਂ ਉਹ ਆਪਾਂ ਨੂੰ ਅੱਜ ਆ ਜਾਣਗੀਆਂ, ਵਰਕਰਾਂ ਰਾਹੀਂ ਜਿਹੜੀਆਂ ਆਉਂਦੀਆਂ ਉਹਨਾਂ ਤੇ ਯਕੀਨ ਤੁਸੀਂ ਕਰ ਹੀ ਨਹੀਂ ਸਕਦੇ। ਇਸੇ ਤਰੀਕੇ ਦੇ ਨਾਲ ਜਿਹੜੇ ਇੱਕ ਪਿੰਡ ਹੈ ਮੋਗੇ ਜ਼ਿਲ੍ਹੇ ਦਾ, ਉੱਥੇ ਪੋਲਿੰਗ ਬੂਥ ਤੇ ਥੋੜਾ ਜਿਹਾ ਟਕਰਾਅ ਹੋਇਆ, ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਗੱਡੀ ਭੰਨੇ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ, ਉਹ ਉਹਨਾਂ ਦੇ ਆਪਦੇ ਹਲਕੇ ਚੋਂ ਹੀ ਹੈ, ਸੋ ਉੱਥੇ ਟਕਰਾਅ ਉਹਨਾਂ ਦਾ ਅਕਾਲੀ ਦਲ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਹੋਰੇ ਗਏ ਸੀ ਆਪਦੇ ਹਲਕੇ ਚ ਗੇੜਾ ਮਾਰਨ, ਦੂਜੇ ਪਾਸੇ ਹੈ ਜਿਹੜੇ ਕਾਂਗਰਸੀਆਂ ਦੇ ਨਾਲ ਹੋਇਆ। ਇੱਕ ਤਰਨ ਤਾਰਨ ਦੇ ਕੋਲੇ ਇੱਕ ਪਿੰਡ, ਉੱਥੋਂ ਦਾ ਇੱਕ ਨੌਜਵਾਨ ਉਹਨੂੰ ਨਾਲ ਦੇ ਪੁੱਛ ਲਿਆ ਵੋਟ ਕਿ ਜਿਹਨੂੰ ਪਾਏਗਾ, ਉਹ ਕਹਿੰਦਾ ਤੂੰ ਫੇਜ਼ੀ ਲੈਣਾ ਜਿਹਨੂੰ ਮੈਂ ਮਰਜ਼ੀ ਪਾਵਾਂ। ਇਸੇ ਗੱਲ ਤੋਂ ਟਕਰਾਅ ਵੱਧ ਜਾਂਦਾ, ਉਸ ਬੰਦੇ ਦੇ ਗੋਲੀ ਮਾਰ ਦਿੱਤੀ ਜਾਂਦੀ, ਉਹ ਮਰ ਜਾਂਦਾ। ਸੋ ਇਹ ਘਟਨਾਵਾਂ ਨੇ, ਹੋ ਸਕਦਾ ਕੁਛ ਹੋਰ ਵੀ ਹੋਈਆਂ, ਪਰ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਹਿਮਾਚਲ ਤੋਂ ਗੱਲ ਤਾਂ ਸ਼ੁਰੂ ਕੀਤੀ ਸੀ ਕਿ ਉੱਥੇ ਲੱਗਦਾ ਹੀ ਨਹੀਂ ਸੀ ਵੋਟਾਂ, ਪਹਿਲੇ ਦਿਨ ਅਸੀਂ ਸ਼ਾਮ ਤੋਂ ਉੱਥੇ ਸੀਗੇ, ਕਈ ਸ਼ਹਿਰਾਂ ਦੇ ਵਿੱਚ ਗਏ ਇਨਕਲੂਡ ਸ਼ਿਮਲਾ, ਕਿਤੇ ਨਹੀਂ ਦੇਖਣ ਨੂੰ ਲੱਗਦਾ ਸੀ ਕਿ ਇੱਥੇ ਵੋਟਿੰਗ ਹੋ ਰਹੀ ਆ। ਉੱਥੇ ਝੰਡੇ ਝੁੰਡੇ ਵੀ ਕਹਿਣਾ ਕਿਤੇ ਕੋਈ ਇਕੱਲਾ ਇਕੱਲਾ ਹੋਵੇ, ਅਦਰਵਾਈਜ਼ ਉਹ ਵੀ ਨਹੀਂ ਸੀ, ਤੇ ਪੈਸੇ ਵੰਡਣੇ ਲੜਾਈ ਕਰਨੀ ਮੈਨੂੰ ਲੱਗਦਾ ਉਹ ਤਾਂ ਉੱਥੋਂ ਦੇ ਪਰਾਂ ਦੀਆਂ ਗੱਲਾਂ, ਉੱਥੇ ਰੈਲੀ ਵਾਸਤੇ ਵੰਡੇ ਇਕੱਠੇ ਕਰਨੇ ਮੁਸ਼ਕਲ ਹੋ ਜਾਣ। ਸੋ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ 13 ਉਮੀਦਵਾਰ ਚੁਣਦੇ ਹਾਂ, 258 ਸੀ ਸ਼ਹਿਰ ਮੈਦਾਨ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ,
ਅੱਗੇ ਨਹੀਂ ਤਾਂ ਕੱਲ ਮੈਂ ਸਟੇਟਸ ਵੀ ਪਾਇਆ ਸੀ ਕਿ ਜਦੋਂ ਵੋਟਿੰਗ ਹੋ ਗਈ ਕੁਛ ਕਿਤਾ ਸਿਰਫ ਨਾ ਆਪ ਉਹਨਾਂ ਨੇ ਜਿੱਤਣਾ ਹੁੰਦਾ ਉਹ ਕਿਸੇ ਨਾ ਕਿਸੇ ਨੂੰ ਹਰਾਉਣ ਵਾਸਤੇ ਆਏ ਹੁੰਦੇ ਉਹ ਤਾਂ ਕਹਿੰਦੇ ਹੋਣਗੇ ਵੀ ਆਪਾਂ ਲੱਠਾ ਚ ਪਾ ਲਓ ਸਮਾਣਾ ਮਹੀਨਾ ਜਿਹੜਾ ਰਹਿਣਾ ਸੀ ਰਹਿ ਲਿਆ ਇੱਥੇ ਸੋ ਉਹੋ ਜਿਹੇ ਉਮੀਦਵਾਰ ਵੀ ਹੈ ਜਿਹੜੇ ਹੁਣ ਹਲਕੇ ਦੇ ਵਿੱਚ ਨਜ਼ਰ ਨਹੀਂ ਆਉਣਗੇ ਜਿਹੜਿਆਂ ਨੂੰ ਹਜੇ ਵੀ ਵਹਿਮ ਹੋਊਗਾ ਕਿ ਸ਼ਾਇਦ ਅਸੀਂ ਜਿੱਤ ਦੇ ਨੇੜੇ ਹੋਈਏ ਉਹ 23 ਤਰੀਕ ਤੱਕ ਉੱਥੇ ਮੈਦਾਨ 'ਚ ਆ ਜਾਣਗੇ ਸੋ ਇਹ ਸੀਗੀ ਇੱਕ ਇਲੈਕਸ਼ਨ ਦੇ ਉੱਤੇ ਝਲਕ ਜਿਹੜੀ ਪੰਜਾਬ ਦੇ ਵਿੱਚ ਹੋਈ ਕੌਣ ਜਿੱਤਦਾ ਕੌਣ ਹਾਰਦਾ ਇਹਦੀ ਗੱਲ ਆਪਾਂ ਪੰਜਾਬ ਦੀ ਬਾਅਦ 'ਚ ਆਪਾਂ ਕਰ ਸਕਦੇ ਹਾਂ ਪਰ ਜਿਹੜੇ ਸਰਵੇ ਆਏ ਆ ਜੀ ਉਹਨਾਂ ਦੇ ਮੁਤਾਬਕ ਇਹੀ ਹੈ ਕਿ ਹਰੇਕ ਪਾਸਿਓਂ ਬੀਜੇਪੀ ਦੀ ਚੜ੍ਹਤ ਵਿਖਾਈ ਜਾ ਰਹੀ ਹੈ ਕਿ ਬੀਜੇਪੀ ਹੈ ਉਹ ਆਪਦੀ ਸਰਕਾਰ ਬਣਾ ਸਕਦੀ ਹੈ ਬਣੂ ਨਹੀਂ ਬਣੂ ਇਹ ਕਹਿਣਾ ਬੜਾ ਮੁਸ਼ਕਿਲ ਆ ਪਰ ਜਿਹੜੇ ਇਹ ਐਗਜ਼ਿਟ ਪੋਲ ਆਉਂਦੇ ਆ ਇੱਥੇ ਇਹੀ ਹੁੰਦਾ ਕਿ ਤੁਸੀਂ ਵੋਟ ਪਾ ਕੇ ਨਿਕਲਿਓ ਬਾਹਰ ਮੈਂ ਖੜਾ ਉਹਨਾਂ ਨੂੰ ਪੁੱਛਿਆ ਵੋਟ ਕਿਹਨੂੰ ਪਾਈ ਜੀ ਕਿਹੜੇ ਮੁੱਦਿਆਂ ਤੇ ਤੁਸੀਂ ਉਦੋਂ ਦੱਸ ਵੀ ਸਕਦੇ ਹੋ ਜਾਂ ਕਿਸੇ ਪਾਰਟੀ ਦੀ ਸਿਫਤ ਕਰ ਸਕਦੇ ਹੋ ਜਾਂ ਵਿਰੋਧ ਕਰ ਸਕਦੇ ਹੋ ਉੱਥੋਂ ਹੀ ਇਸੇ ਗੱਲ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਨਰਿੰਦਰ ਹੋਰਾਂ ਨੇ ਵੋਟ ਹੈ ਜੀ ਉਹ ਬੀਜੇਪੀ ਨੂੰ ਪਾਉਣ ਦੀ ਬਜਾਏ ਕਾਂਗਰਸ ਦੀ ਗੱਲ ਕੀਤੀ ਹੈ ਹਾਲਾਂਕਿ ਮੈਨੂੰ ਪਤਾ ਤੁਸੀਂ ਕਾਂਗਰਸ ਨੂੰ ਨਹੀਂ ਪਾਉਣੀ ਤੇ ਉੱਥੇ ਇਹ ਨੋਟ ਹੋ ਜਾਂਦਾ ਜੀ ਅਸੀਂ ਬਸ ਉਹ ਲੋਕਾਂ ਤੋਂ 1000 ਤੋਂ ਲੈ ਲਿਆ ਜਾਂ ਵੱਧ ਜਾਂ ਘੱਟ ਤੋਂ ਵੀ ਲੈ ਲਿਆ ਅੰਕੜੇ ਉੱਥੋਂ ਤੀਰ ਤੁੱਕੇ ਜੇ ਲੱਗ ਜਾਂਦੇ ਆ ਜਿਵੇਂ ਅਸੀਂ ਵੀ ਹੁਣ ਗਏ ਹਾਂ ਲੋਕਾਂ 'ਚ ਕਹੀ ਜਾਂਦੇ ਸੀ ਕਿ ਭਾਈ ਇੱਥੇ ਆਹ ਵੋਟਰ ਜਿੱਤ ਸਕਦਾ ਉਹ ਜ਼ਿਆਦਾ ਲੋਕਾਂ ਦੀ ਜਿਹੜੀ ਗੱਲ ਜੀ ਉਹਨਾਂ ਨੂੰ ਸਹੀ ਲੱਗਦੀ ਹੁੰਦੀ ਹੈ ਉਹਨੂੰ ਉਹ ਐਗਜ਼ਿਟ ਪੋਲ ਬਣਾ ਲੈਂਦੇ ਪਰ ਨਾਲ ਕਹਾਣੀ ਇਹ ਵੀ ਹੁੰਦੀ ਹੈ ਕਿ ਜਿਹੜੇ ਲੋਕਾਂ 'ਚ ਤੁਸੀਂ ਗਏ ਹੋ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ ਇਹ ਵਾਲੀ ਇੱਕ ਇਲਾਕਾ ਇੱਕ ਪਿੰਡ ਇੱਕ ਗਲੀ ਹੈ ਜਿਹੜੀ ਜੇ ਅਸੀਂ ਉਹਨਾਂ ਤੋਂ ਪੁੱਛ ਲਈਏ ਉੱਥੋਂ ਵਾਲਿਆਂ ਦੀਆਂ ਸਮੱਸਿਆਵਾਂ ਹੋਰ ਹੋਣਗੀਆਂ ਉਹਨਾਂ ਦੀ ਚਾਹਤ ਵੀ ਹੋਊਗੀ ਦੂਜੇ ਪਾਸੇ ਜਾਵਾਂਗੇ ਤਾਂ ਉਹਨਾਂ ਦੀ ਹੋਰ ਹੋਊਗੀ ਇਸ ਤਰੀਕੇ ਦੇ ਨਾਲ ਇਹ ਦਿਖਾਏ ਜਾ ਰਹੇ ਆ ਯਕੀਨ ਤਾਂ ਨਹੀਂ ਹੁੰਦਾ ਐਗਜ਼ਿਟ ਪੋਲ ਸਾਡੇ ਮੁਲਕ ਦੇ ਵਿੱਚ ਕਦੇ ਸਕਸੈਸ ਬਹੁਤੇ ਨਹੀਂ ਹੋਏ ਹੁਣ ਆਪਾਂ ਇਸ ਐਗਜ਼ਿਟ ਪੋਲ ਦੀ ਜੇ ਗੱਲ ਕਰੀਏ ਤਾਂ ਇੰਡੀਆ ਟੂਡੇ ਨੇ ਐਕਸੈਸ ਦੇ ਨਾਲ ਕੀਤਾ ਉਹ ਕਹਿੰਦੇ ਭਾਜਪਾ ਵਾਲਿਆਂ ਨੂੰ 359 ਤੋਂ 365 ਮਿਲ ਜਾਣਗੀਆਂ ਸੋ ਇੰਡੀਆ ਟੂਡੇ ਦਾ ਕੰਮ ਹੈ ਸ਼ਾਇਦ ਇਸ ਤਰੀਕੇ ਨਾਲ ਬੀਜੇਪੀ ਨੂੰ ਦਿਖਾਉਣਾ ਹੋ ਸਕਦਾ ਤਾਂ 543 ਸੀਟਾਂ ਸਾਡੇ ਕੋਲ ਸਾਰੀਆਂ ਹੋ ਸਕਦਾ ਡਬਲ ਦਿਖਾ ਦੇਣ ਵੀ ਇੱਕ ਇੱਕ ਦੇ ਜਾਣਗੇ ਕਿਉਂਕਿ ਸਮੇਂ ਨੇ ਰੱਖਣਾ ਅਸਲ ਦੇ ਵਿੱਚ ਦੂਜੇ ਪਾਸੇ ਹੈ ਕਾਂਗਰਸ ਨੂੰ ਇਹਨਾਂ ਨੇ ਦਿੱਤੀਆਂ 77 ਤੋਂ ਲੈ ਕੇ 160 ਤੇ 69 ਤੋਂ 95 ਇਹ ਕਹਿੰਦੇ ਬਾਕੀ ਲੈ ਜਾਣਗੇ ਰਲੇ ਮਿਲੇ ਦਲ ਆਜ਼ਾਦ ਉਹ ਨਿਊਜ਼ 24 ਨੇ ਚਣਕਿਆ ਦੇ ਨਾਲ ਰਲ ਕੇ ਸਰਵੇ ਕਰਵਾਇਆ ਤਾਂ ਉਹ 350 ਬੀਜੇਪੀ ਨੂੰ ਦੇ ਰਹੇ ਆ 97 ਕਾਂਗਰਸ ਨੂੰ ਤੇ ਬਹੁਜਨ ਸਮਾਜ ਪਾਰਟੀ ਦੇ ਬਸਪਾ ਵਾਲਿਆਂ ਨੂੰ 13 ਸੀਟਾਂ ਉਹ ਦਿੰਦੇ ਨੇ 84 ਸੀਟਾਂ ਆਜ਼ਾਦ ਜਾਂ ਹੋਰ ਧਿਰਾਂ ਨੂੰ ਦਿੱਤੀਆਂ ਨਿਊਜ਼ 18 ਨੇ ਆਈ ਪੀ ਐਸ ਓ ਐਸ ਦੇ ਨਾਲ ਮਿਲ ਕੇ ਸਰਵੇ ਕਰਾਇਆ ਤਾਂ ਉਹ ਕਹਿੰਦੇ 336 ਸੀਟਾਂ ਜਿਹੜੀਆਂ ਬੀਜੇਪੀ ਨੂੰ ਜਾ ਸਕਦੀ ਹੈ 82 ਸੋਰੀ ਕਾਂਗਰਸ ਤੇ 18 ਬਸਪਾ ਸਪਾ ਤੇ 106 ਹੋਰਾਂ ਨੂੰ ਇਸੇ ਤਰ੍ਹਾਂ ਟਾਈਮਸ ਨਾਓ ਤੇ ਵੀ ਐਮ ਆਰ ਆ ਜਿਹੜੇ ਉਹ ਕਹਿੰਦੇ 306 ਜਿਹੜੀਆਂ ਆਪਾਂ ਬੀਜੇਪੀ ਨੂੰ ਦੇ ਦਈਆਂ ਕਹਿੰਦੇ ਸਰਕਾਰ ਤਾਂ ਅਸੀਂ ਵੀ ਬਣਾਤੀ ਨਾ ਤੇ 132 ਕਾਂਗਰਸ ਦੀਆਂ ਤੇ 20 ਬਸਪਾ ਸਪਾ ਦੀਆਂ 84 ਬਾਕੀਆਂ ਦੀਆਂ ਰਿਪਬਲਿਕਨ ਇੱਕ ਹੋਰ ਚੈਨਲ ਹੈ ਇਸ ਨੇ ਜਨ ਕੀ ਬਾਤ ਦੇ ਨਾਲ ਗੱਲ ਕੀਤੀ ਹੈ ਮਨ ਕੀ ਬਾਤ ਕਰਨ ਵਾਲਿਆਂ ਦੇ ਨਾਲ ਹੀ ਜਨ ਕੀ ਬਾਤ ਬੁਰੀ ਲੱਗਦੀ ਹੈ 305 ਇਹ ਕਹਿੰਦੇ ਬੀਜੇਪੀ ਨੂੰ 124 ਹੈ ਉਹ ਕਾਂਗਰਸ ਨੂੰ ਤੇ 26 ਬਸਪਾ ਸਪਾ ਜਿਹੜਾ ਗੱਠਜੋੜ ਹੈ ਮਹਾਮ ਲਾਲ ਕੌਰ ਵੀ ਕਹਿੰਦੇ ਜਿਹਨੂੰ ਮੋਦੀ ਹੋਰੇ ਤੇ 87 ਅਦਰਸ ਨੂੰ ਇਸੇ ਤਰੀਕੇ ਰਿਪਬਲਿਕ ਨੇ ਇੱਕ ਹੋਰ ਸਰਵੇ ਕਰਾਇਆ ਸੀ ਵੋਟਰ ਨਾਲ ਰਲ ਕੇ ਉਹਦੇ ਮੁਤਾਬਕ 287 ਬੀਜੇਪੀ ਨੂੰ ਜਾਂਦੀਆਂ 128 ਕਾਂਗਰਸ ਨੂੰ ਤੇ 40 ਸੀਟਾਂ ਬਸਪਾ ਨੂੰ 87 ਬਾਕੀਆਂ ਨੂੰ ਦਿੱਤੀਆਂ ਇਹਨਾਂ ਨੇ ਇਹ ਜਿੰਨੇ ਸਰਵੇ ਆ ਮੈਂ ਇਹਨਾਂ ਚੋਂ ਦੋ ਹੋਰ ਨਿਬੇੜਦੇ ਹਾਂ ਫਿਰ ਆਪਾਂ ਗੱਲ ਕਰ ਸਕਦੇ ਉਹ ਹੈ ਇੰਡੀਆ ਨਿਊਜ਼ ਦਾ ਉਹਨੇ ਪੋਲ ਸਟਰੀਟ ਉਹਦੇ ਨਾਲ ਕਰਾਇਆ 298 ਸੀਟਾਂ ਉਹਨੇ ਬੀਜੇਪੀ ਨੂੰ ਦਿੱਤੀਆਂ 118 ਦੇ ਵਿੱਚ ਕਾਂਗਰਸ ਹੈ 43 ਤੇ ਬਸਪਾ ਸਪਾ ਤੇ 83 ਤੇ ਬਾਕੀ ਹੈ ਨਿਊਜ਼ ਨੇਸ਼ਨ ਨੇ ਕਿਹਾ ਕਿ 286 ਵੋਟਾਂ ਜਿਹੜੀਆਂ ਬੀਜੇਪੀ ਨੂੰ ਮਿਲ ਸਕਦੀਆਂ ਸੀਟ 122 ਕਾਂਗਰਸ ਨੂੰ 134 ਅਦਰਸ ਨੂੰ ਇਹ ਹੈ ਜੀ ਅੰਕੜਾ ਹੁਣ ਇਹ ਅੰਕੜੇ ਨੂੰ ਸਹੀ ਮੰਨਿਆ ਜਾ ਸਕਦਾ ਹੈ ਕਿ ਬੀਜੇਪੀ ਦੀ ਦੇਵ ਹੋਵੇ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਅੰਕੜਾ 100% ਸਹੀ ਹੋਊਗਾ ਨੇੜੇ ਤੇੜੇ ਹੋਊ ਜੇ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਇੱਥੇ ਬੀਜੇਪੀ ਦੀ ਕੋਈ ਦੇਵ ਨਹੀਂ ਹਾਲਾਂਕਿ ਪੰਜਾਬ ਦੀਆਂ ਸੀਟਾਂ ਪਹਿਲਾਂ ਕਦੇ ਵੀ ਪ੍ਰਭਾਵਿਤ ਪਾਉਂਦੀਆਂ ਰਹੀਆਂ ਪਰ ਸਿਆਸੀ ਮਾਰ ਇਹ ਮੰਨਦਾ ਕਿ ਇਸ ਵਕਤ ਪੰਜਾਬ ਦੀਆਂ ਜਿਹੜੀਆਂ ਸੀਟਾਂ ਇਹ ਸਰਕਾਰ ਬਣਾਉਣ 'ਚ ਭੂਮਿਕਾ ਨਿਭਾਉਣਗੀਆਂ ਪਰ ਇਹਨਾਂ ਗੱਲਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਜੀ ਜਦੋਂ ਪੰਜਾਬ ਦੀਆਂ 3 ਸੀਟਾਂ ਜਿੰਨਾ ਕਨੀ ਕਦੇ ਵੱਡਿਆਂ ਨੂੰ ਝੱਕ ਹੀ ਨਹੀਂ ਸੀ ਬੀਜੇਪੀ ਦੀ ਉਹਨਾਂ ਤੇ ਜ਼ੋਰ ਲੱਗਿਆ ਹੁਣ ਸਨੀ ਦਿਓਲ ਹੋਰਾਂ ਦੀ ਸੀਟ ਹੈ ਸਨੀ ਦਿਓਲ ਨੇ ਆਪ ਤੱਕ ਠਹਿਰਾਉਣੀ ਸੀ ਉਹਨਾਂ ਦੇ ਬਾਪ ਦੀ ਵਾਈਫ ਮੈਨੂੰ ਲੱਗਦਾ ਮਗਰ ਤਾਂ ਉਹ ਕਹਿੰਦੇ ਨੀਗੇ ਹਿਮਾ ਮਾਲਿਨੀ ਨੂੰ ਉਹ ਵੀ ਉੱਥੇ ਆਏ ਧਰਮਿੰਦਰ ਹੋਰੇ ਖੁਦ ਆਏ ਬੋਬੀ ਦਿਓਲ ਤੁਰਿਆ ਫਿਰਦਾ ਸੀ ਤੇ ਗੌਤਮ ਗੰਭੀਰ ਸਮੇਤ ਹੋਰ ਆਗੂ ਆਏ ਪ੍ਰਧਾਨ ਮੰਤਰੀ ਨੂੰ ਆਉਣਾ ਪਿਆ ਅਮਿਤ ਸ਼ਾਹ ਹੋਰੇ ਆਏ ਨੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਸੋਚਿਆ ਜਾ ਸਕਦਾ ਕਿ ਬੀਜੇਪੀ ਨੂੰ ਲੱਗਦਾ ਹੈ
ਕਿ ਇਸ ਵਕਤ ਸਾਡੀ ਸਥਿਤੀ ਪਹਿਲਾਂ ਵਰਗੀ ਨੀ, ਤਾਂ ਹੀ ਉਹਨਾਂ ਨੇ ਜ਼ੋਰ ਇੱਥੇ ਵੱਧ ਲਾਇਆ, 3 ਸੀਟਾਂ ਸੀ ਉਹਨਾਂ ਦੇ ਭਾਈਵਾਲਾਂ ਦੀਆਂ ਸੀਟਾਂ ਦੇ ਵਿੱਚੋਂ, ਜੇ ਅਸੀਂ ਕਹੀਏ ਤਾਂ ਜ਼ੋਰ ਉਹਨਾਂ ਨੇ ਬਠਿੰਡੇ ਦੇ ਵਿੱਚ ਲਾਇਆ, ਬਠਿੰਡੇ ਵਾਲੀ ਸੀਟ ਹੈ ਜਿਹੜੀ ਉਹ ਅਕਾਲੀ ਦਲ ਲਿਜਾ ਵੀ ਸਕਦਾ, ਉਹਦੇ ਚ ਮੋਦੀ ਹੋਰਾਂ ਦਾ ਫੈਕਟ ਚੱਲੇ ਮੈਨੂੰ ਨੀ ਲੱਗਦਾ। ਹਾਂ ਬਾਅਦ ਵਿੱਚ ਕੀ ਕੁਛ ਚੱਲ ਜੂ ਇਹ ਆਪਾਂ ਸੋਚ ਹੀ ਸਕਦੇ ਹਾਂ। ਇਹ ਸੀਟ ਹੈ ਜਿਹੜੀ ਉਹ ਕਾਫੀ ਚਰਚਿਤ ਹੈ। ਦੂਸਰੀ ਸੀਟ ਸਨੀ ਦਿਓਲ ਵਾਲੀ ਹੈ ਜਿਹੜੀ ਕਾਂਗਰਸ ਦਰਅਸਲ ਸਨੀ ਦਿਓਲ ਹੈ ਉੱਥੇ ਸੂਬਾ ਪ੍ਰਧਾਨ ਨੇ। ਤੀਜੀ ਸੀਟ ਹੁਸ਼ਿਆਰਪੁਰ ਵਾਲੀ ਕਹੀ ਜਾ ਰਹੀ ਹੈ ਕਿ ਉਹ ਬੀਜੇਪੀ ਜਿੱਤ ਸਕਦੀ ਹੈ, ਪਰ ਉੱਥੇ ਐਂਟੀ ਐਕੂਵਿਸਟੀ ਸੈਕਟਰ ਵੀ ਹੈ, ਉੱਥੇ ਬਸਪਾ ਦੀ ਵੀ ਵੋਟ ਹੈ। ਜਿਹੜੀ ਬਸਪਾ ਦੀ ਵੋਟ ਹੈ ਉਸਨੇ ਬਸਪਾ ਦਾ ਉਮੀਦਵਾਰ ਜਿੱਤਣ ਦੀ ਹਾਲਤ ਦੇ ਵਿੱਚ ਨਹੀਂ ਹੈ, ਪਰ ਉਹਦਾ ਉਹਨੇ ਨੁਕਸਾਨ ਕਿਤੇ ਨਾ ਕਿਤੇ ਜਿਹੜਾ ਸੱਤਾਧਾਰੀ ਧਿਰ ਦਾ ਵੀ ਕਰ ਦੇਣਾ, ਜਿਹੜੀ ਪੰਜਾਬ ਦੀ ਸੱਤਾਧਾਰੀ ਹੈ। ਸੋ ਜੇ ਉਹ ਵੋਟ ਬੈਂਕ ਨੂੰ ਪਾਸੇ ਕਰ ਲੈਂਦੇ ਆ ਆਪਦੇ ਨੂੰ ਜਿੰਨਾ ਕੁ ਜੁੜਿਆ ਪੀਡੀਏ ਅਲਾਇੰਸ ਦੇ ਨਾਲ, ਤੇ ਫਿਰ ਉਹ ਜਿੱਤ ਹਾਰ ਦੇ ਵਿੱਚ ਅਹਿਮ ਰੋਲ ਨਿਭਾਉਣ ਦੇ ਵਾਸਤੇ ਹੋ ਸਕਦਾ ਬਸਪਾ ਦਾ ਉਮੀਦਵਾਰ, ਉੱਥੇ ਕਾਂਗਰਸ ਦੀ ਟੱਕਰ ਹੈ। ਬਾਕੀ ਜਿਹੜੀਆਂ ਸੀਟਾਂ ਨੇ ਜੇ ਅਸੀਂ ਓਵਰਆਲ ਪੰਜਾਬ ਦੀ ਗੱਲ ਕਰੀਏ, ਜੇ ਕੁਛ ਪਤਾ ਚਾਹੇ ਉਹਨਾਂ ਦਾ ਕੋਈ ਮੈਸੇਜ ਆਪਾਂ ਨਾਲ ਲੈ ਵੀ ਲੈਂਦੇ ਹਾਂ ਜੀ। ਹਾਂਜੀ, ਬਿਕੋਜ਼ ਪੁੱਛ ਰਹੇ ਨੇ ਆਪਣੇ ਨਾਲ ਜੁੜੇ ਨੇ ਰੋਸ਼ਨ ਧਾਰੀਵਾਲ ਜੀ, ਤੇ ਉਹ ਇਹੀ ਪੁੱਛ ਰਹੇ ਨੇ ਪੰਜਾਬ ਦੇ ਬਾਰੇ ਪੁੱਛ ਰਹੇ ਨੇ ਕਿ ਜਿਹੜੀ ਨਵਜੋਤ ਸਿੱਧੂ ਬਾਰੇ ਪੁੱਛਣਾ ਚਾਹ ਰਹੇ ਨੇ ਕਿ ਉਹਨਾਂ ਦੀ ਕੀ ਪੋਜੀਸ਼ਨ ਲੱਗ ਰਹੀ ਹੈ। ਨਵਜੋਤ ਸਿੱਧੂ ਹੋਰਾਂ ਦੀ ਪੋਜੀਸ਼ਨ ਹੈ ਜਿਹੜੀ ਸੈਂਟਰ ਹਾਈ ਕਮਾਂਡ ਚ ਬੜੀ ਵਧੀਆ ਜੀ, ਪਰ ਜੇ ਉਹਨੂੰ ਪੰਜਾਬ ਦੀ ਗੱਲ ਕਰੋਗੇ ਜੀ ਤਾਂ ਇੱਥੇ ਉਹਨਾਂ ਦੇ ਜਿਹੜੇ ਸਾਰੇ ਵਿਰੋਧੀ ਹੈ ਉਹ ਸਰਗਰਮ ਹੋ ਗਏ ਨੇ ਜੀ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਗੱਲ ਆਖੀ, ਲੋਕਾਂ ਨੇ ਮੂੰਹ ਦੀ ਗੱਲ ਆਖੀ ਉਹਨਾਂ ਨੇ, ਅਸਲ ਚ ਉਹਦੇ ਪਿੱਛੇ ਵੀ ਇੱਕ ਦੁੱਖ ਹੈ ਨਾ। ਉਹ ਕਹਿੰਦਾ ਉਹਦਾ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ, ਪਰ ਉਹ ਬੋਲ ਕੇ ਦੱਸ ਗਏ ਤੁਰ ਲਾ ਕੇ ਜੀ। ਜੋ ਪੰਜਾਬ ਦੀ ਸਿਆਸਤ ਹੈ ਉਸ ਤੋਂ ਨਵਜੋਤ ਸਿੰਘ ਸਿੱਧੂ ਪਾਸੇ ਰਹੇ, ਜਿਹੜਾ ਬੁਲਾਰਾ ਹੈ ਕਿਸੇ ਵੀ ਪਾਰਟੀ ਦਾ ਜੇ ਉਹ ਕਿਤੇ ਵਧੀਆ ਕੰਮ ਕਰਦਾ ਤਾਂ ਉਹਦਾ ਨੋਟਿਸ ਲਿਆ ਜਾਂਦਾ, ਪਰ ਉਹਦੇ ਹੋਮ ਟਾਊਨ ਦੇ ਵਿੱਚ ਜਾਂ ਹੋਮ ਸਟੇਟ ਦੇ ਵਿੱਚ ਉਹਨੂੰ ਤੁਸੀਂ ਮੌਕਾ ਹੀ ਨਾ ਦਿਓ, ਫਿਰ ਤੁਹਾਨੂੰ ਵੀ ਪਤਾ ਲੱਗਦਾ ਕਿ ਇਹ ਤੋਂ ਤੁਸੀਂ ਡਰੇ ਹੋਏ ਹੋ, ਹੋਰ ਕੁਛ ਨੀ। ਇਹੀ ਸਵਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੁੱਛੇ ਜਦੋਂ ਮੀਡੀਆ ਨੇ ਪਹਿਲਾਂ ਕਿ ਇਹ ਕੀ ਕਹਾਣੀ ਆ ਵੀ ਤੁਸੀਂ ਬੋਲ ਹੀ ਨੀ ਰਹੇ ਜੀ, ਉਹ ਕਹਿੰਦਾ ਜੀ ਬੋਲਣ ਦੀ ਕਿਹੜੀ ਗੱਲ ਆ, ਇੱਥੇ ਸਾਡੇ ਕੋਲ ਹੈਗੇ ਆਸ਼ਾ ਕੁਮਾਰੀ ਹੋਰੇ ਤੇ ਕੈਪਟਨ ਅਮਰਿੰਦਰ ਸਿੰਘ ਹੋਰੇ, ਉਹਨਾਂ ਨੂੰ ਲੱਗਦਾ ਕਿ ਮੈਂ ਜਿਹੜੀਆਂ ਸਾਰੀਆਂ ਸੀਟਾਂ ਕੱਢ ਜਾਣੀਆਂ, ਕਹਿੰਦੇ ਲੋੜ ਨੀ ਮੈਨੂੰ ਇੱਥੇ ਪ੍ਰਚਾਰ ਕਰਨ ਦੀ। ਫਿਰ ਆਸ਼ਾ ਕੁਮਾਰੀ ਹੋਰੇ ਕਹਿੰਦੇ ਨਹੀਂ ਇਹੋ ਜਿਹੀ ਗੱਲ ਨੀ, ਨਵਜੋਤ ਸਿੰਘ ਸਿੱਧੂ ਆਉਣਗੇ, ਉਹ ਕਹਿੰਦੇ ਆਪਣਾ ਤਾਂ ਗਲਾ ਖਰਾਬ ਆ ਅਸੀਂ ਨੀ ਆ ਸਕਦੇ ਜੀ। ਲੱਗਦਾ ਇਹੀ ਸੀ ਪ੍ਰਿੰਕਾ ਗਾਂਧੀ ਹੋਰੇ ਬਠਿੰਡੇ ਦੇ ਵਿੱਚ ਆਉਂਦੇ ਆ, ਉਹ ਕਹਿੰਦੇ ਆਓ ਸਿੱਧੂ ਸਾਹਿਬ ਤੁਸੀਂ ਕਾਹਨੂੰ ਨਾਰਾਜ਼ ਬੈਠੇ ਹੋ। ਉਹ ਸਿੱਧੂਆਂ ਨੂੰ ਵੈਸੇ ਵੀ ਕੋਈ ਪਿਆਰ ਨਾ ਬੁਲਾ ਲਏ ਤੁਰੀ ਪੈਂਦੇ ਆ, ਉਹ ਉੱਥੇ ਆਏ ਸਟੇਜ ਦੇ ਉੱਤੇ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਅੱਖ ਨਾਲ ਅੱਖ ਨੀ ਮਿਲਾਈ, ਹਾਲਾਂਕਿ ਬਾਅਦ ਚ ਇੱਕੋ ਗੱਡੀ ਚ ਇੱਕੋ ਸੀਟ ਦੇ ਉੱਤੇ ਬੈਠ ਕੇ ਗਏ ਨੇ, ਬੈਕ ਸੀਟ ਹੁੰਦੀ ਹੈ ਜਿਹੜੀ ਉੱਤੇ, ਉੱਥੋਂ ਉੱਥੇ ਵੀ ਗੱਲ ਕੀਤੀ ਸੀ ਜਿਹੜਾ ਇਲੈਕਟਰ ਸੀ ਉੱਥੇ ਬੱਲੇ ਬੱਲੇ ਹੋ ਗਈ, ਸਭ ਤੋਂ ਜ਼ਿਆਦਾ ਇਹ ਗੱਲ ਘੁੰਮੀ। ਫਿਰ ਲੰਬੀ ਕੌਂਸਟੀਚੁਐਂਸੀ ਹੈ ਜਿਹੜੀ ਆਪਣੀ ਅਸੈਂਬਲੀ ਦੀ, ਉਹ ਬਾਦਲਾਂ ਦਾ ਗੜ੍ਹ, ਉੱਥੇ ਉਹ ਪਹਿਲੇ ਦਿਨ ਆ ਕੇ ਗਿਆ ਸੀ ਕਿ ਮੈਂ ਅਖੀਰਲੇ ਦਿਨ ਫੇਰ ਆਊਂਗਾ, 17 ਤਰੀਕ ਨੂੰ ਜੋ ਉੱਥੇ ਆ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਗੱਲ ਕੀਤੀ, ਜਿਹੜੀ ਬੜਕ ਤੇ ਗੜਕ ਦੇ ਨਾਲ ਉਹਨਾਂ ਨੇ ਗੱਲ ਕੀਤੀ, ਕਿਉਂਕਿ ਸਟਾਈਲ ਹੈਗਾ ਸਟਾਇਰ ਹੈਗਾ ਦੋਨੇ ਚੀਜ਼ਾਂ ਅੱਖੀਆਂ ਤੇ ਲੱਗਦੇ ਹੱਥ, ਉਹਨਾਂ ਨੇ ਇਹ ਆਖਿਆ ਕਿ ਇਹ ਚੱਲਦਾ ਫ੍ਰੈਂਡਲੀ ਮੈਚ, ਇੱਥੇ ਵੋਟਾਂ ਪਾਓ ਕਹਿੰਦੇ ਬਾਦਲਾਂ ਨੂੰ ਪਾਸੇ ਕਰੋ, ਜਾਓ ਜਾਓ ਕੁਰਸੀ ਖਾਲੀ ਕਰੋ, ਇਸ ਤਰੀਕੇ ਦੇ ਨਾਲ ਉਹਨਾਂ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲ ਸੀ। ਪਰ ਜਿਹੜੀ ਗੱਲ ਲੋਕ ਕਹਿੰਦੇ ਆ ਕਿ ਕੈਪਟਨ ਕਿਤੇ ਬਾਦਲ ਕੇ ਕੁਛ ਸੀਟਾਂ ਦੇ ਉੱਤੇ ਫ੍ਰੈਂਡਲੀ ਮੈਚ ਖੇਡਦੇ ਆ, ਇੱਕ ਦੂਜੇ ਨੂੰ ਜਿਤਾ ਲੈਂਦੇ ਆ, ਬਾਕੀਆਂ ਨੂੰ ਹਰਾ ਦਿੰਦੇ, ਉਹੀ ਕਹਾਣੀ ਉਹਨੇ ਆਪਣੇ ਤਰੀਕੇ ਦੇ ਨਾਲ ਰਾਜਾ ਬਰਿੰਗ ਦੀ ਸਟੇਜ ਤੋਂ ਵੀ ਜਦੋਂ ਇਹ ਗੱਲ ਕਰਦਾ ਸੀ ਤਾਂ ਤੁਸੀਂ ਜੇ ਕੈਮਰਾ ਦੇਖਦੇ ਹੋ ਨਾ ਉੱਥੇ ਚੱਲਦਾ ਤਾਂ ਬਾਕੀ ਕਾਂਗਰਸੀਆਂ ਦੇ ਚਿਹਰਿਆਂ ਤੇ ਉਹ ਉੱਡੇ ਨਜ਼ਰ ਆਉਂਦੇ ਸੀ, ਮੁੜ ਕੇ ਉਹ ਗੱਲ ਸੰਭਾਲ ਜਾਂਦੇ ਆ, ਗੱਲ ਕਰ ਜਾਂਦੇ ਆ, ਔਰ ਇਸ ਗੱਲ ਦਾ ਫਾਇਦਾ ਹੈ ਉਹ ਰਾਜੇ ਬੜਿੰਗ ਨੂੰ ਹੋਣ ਦੇ ਆਸਾਰ ਹੈ। ਪਰ ਦੂਜੇ ਪਾਸੇ ਜਦੋਂ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹੀ ਕਿ ਉਹ ਆਏ ਕਹਿੰਦਾ, ਉਹ ਕਹਿੰਦਾ ਜੀ ਜੇ ਨੁਕਸਾਨ ਹੋਇਆ ਤਾਂ ਨਵਜੋਤ ਸਿੰਘ ਸਿੱਧੂ ਦੇ ਇਸੇ ਬਿਆਨ ਦਾ ਹੋਣਾ, ਇਹਨਾਂ ਦਾ ਵਿਰੋਧੀਆਂ ਨੂੰ ਮੌਕਾ ਦੇਤਾ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਵਾਈਫ ਨੇ ਕਿਹਾ ਸੀ ਕਿ ਕੈਪਟਨ ਹੋਰਾਂ ਨੇ ਤੇ ਆਸ਼ਾ ਕੁਮਾਰੀ ਹੋਰਾਂ ਨੇ ਮੇਰੀ ਟਿਕਟ ਕਟਾਈ ਹੈ, ਉਸ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਨਹੀਂ, ਪਰ ਨਵਜੋਤ ਸਿੰਘ ਸਿੱਧੂ ਕਹਿੰਦਾ ਮੇਰੇ ਵਾਲੀ ਪਤਨੀ ਨੇ ਜਿਹੜਾ ਗੱਲ ਆਖੀ ਹੈ ਨਾ ਆਪਾਂ ਤਾਂ ਉਹਦੇ ਨਾਲ ਹੈ ਜੀ, ਸਹਿਮਤ ਆ ਉਹਦੇ ਨਾਲ। ਸੋ ਇੱਥੋਂ ਨਵਜੋਤ ਸਿੰਘ ਸਿੱਧੂ ਤੇ ਉਹਦੀ ਪਤਨੀ ਇੱਕ ਪਾਸੇ ਨੇ, ਹਾਲਾਂਕਿ ਮਗਰ ਬਹੁਤ ਨੇ ਉਹਨਾਂ ਦੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰੇ ਮੁੱਖ ਮੰਤਰੀ ਪੰਜਾਬ ਹੈ, ਉਹਨਾਂ ਦੇ ਮਗਰ ਜਿਹੜੇ ਆਗੂ ਆ ਉਹਨਾਂ ਨੇ ਵੀ ਖੜਨਾ ਹੀ ਆ। ਹੁਣ ਕਹਿੰਦੇ ਜੇ ਵੋਟਾਂ ਦੇ ਵਿੱਚ ਜਿੱਤ ਹਾਰ ਹੁੰਦੀ ਹੈ ਉਹ ਤਾਂ ਪਰਾਂ ਦੀਆਂ ਗੱਲਾਂ, ਤੇ ਹਾਈਕਮਾਂਡ ਐਕਸ਼ਨ ਵੀ ਲੈ ਸਕਦੀ ਹੈ, ਹਾਈਕਮਾਂਡ ਨੂੰ ਲਿਖਿਆ ਵੀ ਜਾ ਸਕਦਾ ਨਵਜੋਤ ਸਿੰਘ ਸਿੱਧੂ ਦੇ ਬਾਰੇ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹੀ ਹੈ। ਪਰ ਮੈਂ ਤੋਂ ਹਟਵੀਂ ਗੱਲ ਇਹ ਕਰਨਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਆਪਦੀ ਸੀਟ ਨਹੀਂ ਬਚਦੀ ਭਾਵ ਪ੍ਰਨੀਤ ਕੌਰ ਹੋਰੇ ਹਾਰ ਜਾਂਦੇ ਆ, ਰਾਜਾ ਬਣਿੰਗ ਜਿੱਤ ਜਾਂਦਾ, ਜਿੱਥੇ ਜਿੱਥੇ ਜਾਂ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਕੀਤਾ 2 ਸੀਟਾਂ ਵੀ ਕੀਤਾ, ਤੇ ਫੇਰ ਇਹ ਨਾ ਨੋਟਿਸ ਦਾ ਜਵਾਬ ਹੋਣਾ ਨਾ ਕਿਸੇ ਹੋਰ ਦਾ, ਨਾ ਲੋੜ ਰਹਿਣੀ ਹੈ। ਤੇ ਜੇ ਕਾਂਗਰਸ ਦੀ ਸਰਕਾਰ ਕੇਂਦਰ ਦੇ ਵਿੱਚ ਬਣ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ, ਜਾਂ ਉਹ ਆਪਾਂ ਇਹ ਵੀ ਕਹਿ ਰਹੇ ਕਿ ਨੇੜੇ
ਉਹ ਬੋਲੂਗੀ ਗੂੰਜੂਗੀ। ਸੋ ਇਹ ਹਾਲਾਤ ਨੇ। ਹਾਲਾਂਕਿ ਮੈਂ ਨਾਲ ਗੱਲ ਕਰਦਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ, ਉਹਨਾਂ ਨੇ ਵੀ ਇੱਥੇ ਇੱਕ ਹੀ ਗੱਲ ਆਖੀ ਹੈ ਕਿ ਨਵਜੋਤ ਸਿੰਘ ਸਿੱਧੂ ਆ ਨਾ ਜਿਹੜੇ ਪਹਿਲਾਂ ਕਾਂਗਰਸ ਅਕਾਲੀ ਦਲ ਚ ਰਹਿ ਕੇ ਆਇਆ ਬੀਜੇਪੀ ਚ, ਔਰ ਇਹਨਾਂ ਦੀ ਕਾਰਜ ਸ਼ੈਲੀ ਉਹੀ ਹੈ, ਇਹ ਪਾਰਟੀ ਨੂੰ ਬੰਨਣਾ ਚਾਹੁੰਦੇ ਆ, ਆਪਸੀ ਅੰਬਾਂ ਦੇ ਸੁਪਨੇ ਦੇਖਦੇ, ਇਹ ਨੀ ਹੋਣ ਦੇਵਾਂਗੇ। ਕਹਿੰਦੇ ਇਹ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲਬਾਤ ਕਰੀ ਜਾਂਦੇ ਆ, ਇਹਦੀ ਪਤਨੀ ਹੈ ਐਮਐਲਏ ਰਹੀ ਹੈ ਖੁਦ ਕੇਂਦਰ, ਤੁਸੀਂ ਉਦੋਂ ਕਿਉਂ ਨੀ ਬੋਲੇ, ਹਾਲਾਂਕਿ ਉਹ ਘਟਨਾਕ੍ਰਮ ਉਦੋਂ ਬਾਅਦ ਦੇ ਸੀ। ਸੋ ਇਹ ਕਹਾਣੀ ਹੈ, ਅੱਗੇ ਜਾ ਕੇ ਦੇਖੋ ਕੀ ਕੁਛ ਹੁੰਦਾ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਿਆਨ ਨੇ ਇੱਕ ਵਾਰ ਸਿਆਸਤ ਪੂਰੀ ਸਰਗਰਮ ਕਰਤੀ। ਜੀ ਬਿਲਕੁਲ। ਔਰ ਵਾਲੀਆ ਜੀ ਸਵਾਲ ਕਰ ਰਹੇ ਨੇ, ਉਹ ਵੀ ਸਾਡੇ ਲਿਸਨਰ ਨੇ ਔਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਤੇ ਉਹ ਸਵਾਲ ਕਰ ਰਹੇ ਨੇ ਕਿ ਜੇ, ਐਕਚੁਲੀ ਸਵਾਲ ਨਹੀਂ ਕਰ ਰਹੇ, ਆਪਣੀ ਰਾਏ ਦੇ ਰਹੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਐਜ਼ ਏ ਸੀਐਮ ਬਣ ਜਾਣ ਤੇ ਪੰਜਾਬ ਦਾ ਕਹਿੰਦੇ ਨੇ ਕਿ ਭਲਾ ਹੋ ਸਕਦਾ ਆ, ਅਦਰਵਾਈਜ਼ ਕਹਿੰਦੇ ਕਿ ਪੰਜਾਬ ਦਾ ਪਤਾ ਨਹੀਂ ਕੀ ਲਿਖਿਆ ਵੇਲੀ ਵਾਰਸ ਜਿਹੜਾ ਹੈਗਾ ਉਹ ਰੱਬ ਹੀ ਹੋਏਗਾ, ਵਾਲੀ ਵਾਰਸ ਸਮਥਿੰਗ। ਜੀ ਇਹ ਗੱਲ ਠੀਕ ਹੈ, ਪਰ ਸਾਡੇ ਪੰਜਾਬ ਨੂੰ ਲੁੱਟਣ ਵਾਲੇ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਹੱਥਾਂ ਚ ਅਸੀਂ ਸੁਰੱਖਿਅਤ ਸਮਝਦੇ ਹਾਂ। ਪਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਵੀ ਕਿਹਾ ਜਾ ਸਕਦਾ ਕਿ ਨਹੀਂ ਤਾਂ ਮੈਂਬਰ ਪਾਰਲੀਮੈਂਟ ਸੀ ਮੋਦੀ ਹੋਰਾਂ ਦੇ, ਬੜੀ ਨੇੜੇ ਸੀ ਉਹ, ਉਦੋਂ ਪਹਿਲਾਂ ਬੀਜੇਪੀ ਦੇ ਵਿੱਚ ਵਧੀਆ ਸੀ। ਜੇ ਉਹ ਕਿਤੇ ਇਹੋ ਜਿਹੇ ਹੁੰਦੇ ਕਰਪਸ਼ਨ ਵਾਲੇ ਹੁੰਦੇ, ਹੁਣ ਤੱਕ ਗੱਲਾਂ ਨਿਕਲ ਆਉਣੀਆਂ ਸੀ ਮੋਦੀਆਂ ਨੇ, ਕਿਹਾ ਕਰਪਸ਼ਨ ਦੇ ਦੋਸ਼ ਨਾ ਮੈਡਮ ਸਿੱਧੂ ਤੇ ਲਾਉਣ ਵਾਸਤੇ, ਨਾ ਇਹਨਾਂ ਤੇ ਲਾਉਣ ਵਾਸਤੇ, ਇਸ ਕਰਕੇ ਇਮਾਨਦਾਰੀ ਨਾਲ ਕੰਮ ਤਾਂ ਕਰਨਗੇ। ਹਾਂ ਹੈਗੇ ਬੜਬੋਲੇ, ਥੋੜਾ ਜਿਹਾ ਉਸ ਕਿਸੇ ਗੱਲੋਂ ਪੰਗਾ ਪਾ ਸਕਦੇ। ਔਰ ਤੁਸੀਂ ਇਹ ਵੀ ਦੇਖ ਲਓ ਕਿ ਜੋ ਪੰਜਾਬ ਦੇ ਸਿੱਖਾਂ ਨੇ ਰਿਗਾਰਡ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤਾ, ਉਹਨੂੰ ਅਸੀਂ ਪਾਸੇ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਜਿਹੜਾ ਲਾਂਘਾ ਕਰਤਾਰਪੁਰ ਦੀ ਗੱਲ ਆ ਉਹ ਇੱਕ ਜੱਥੀ ਦੇ ਨਾਲ ਸ਼ੁਰੂ ਹੋਈ ਸੀ। ਪਾਕਿਸਤਾਨ ਦੇ ਵਿੱਚ ਜਦੋਂ ਗਏ ਆ ਕਰਨਲ ਪਰਵੇਜ਼ ਮਿਸਟਰ ਬਾਜਵਾ ਜਿਹੜੇ ਉੱਥੋਂ ਦੇ, ਉਹਨਾਂ ਨੂੰ ਉਹਨਾਂ ਨੇ ਜੱਥੀ ਪਾਈ, ਔਰ ਬੀਜੇਪੀ ਤੇ ਅਕਾਲੀਆਂ ਨੇ ਉਸ ਗੱਲ ਦਾ ਰੌਲਾ ਪਾਇਆ, ਹਾਲਾਂਕਿ ਕਾਂਗਰਸ ਨੇ ਵੀ ਪਾਇਆ, ਪਰ ਉਸ ਜੱਥੀ ਦੀ ਇੰਨੀ ਚਰਚਾ ਹੋ ਗਈ ਕਿ ਬਾਅਦ ਦੇ ਵਿੱਚ ਚਲੋ ਇਮਰਾਨ ਖਾਨ ਹੋਰਾਂ ਦੇ ਨਾਲ ਉਹਦੇ ਸੰਬੰਧ ਠੀਕ ਸੀ, ਉਹ ਲਾਂਘੇ ਦੀ ਗੱਲ ਹੋ ਗਈ, ਲਾਂਘਾ ਖੁੱਲ ਗਿਆ, ਤੇ ਫਿਰ ਵੀ ਨਵਜੋਤ ਸਿੰਘ ਸਿੱਧੂ ਹੋ ਰਿਹਾ, ਇਹਨਾਂ ਦਾ ਪੱਖ ਪੋਜ਼ਿਟਿਵ ਰਿਹਾ। ਤੇ ਹੁਣ ਇਹ ਬਹੁਤ ਸਾਰੇ ਲੋਕ ਸੋਚਦੇ ਕਿ ਇਵੇਂ ਹੋ ਜਾਵੇ, ਪਰ ਇਵੇਂ ਸੌਖਾ ਹੋਣ ਦੇ ਆਸਾਰ ਨਹੀਂ। ਹਾਂ, ਜੇ ਹਾਈਕਮਾਂਡ ਨੂੰ ਇਹ ਗੱਲ ਜੱਚਦੀ ਹੈ ਕਿ ਭਾਈ ਆਹ ਜੇ ਰਾਜੇ ਵੜਿੰਗ ਵਾਲੀ ਸੀਟ ਹੈ, ਨਵਜੋਤ ਸਿੰਘ ਸਿੱਧੂ ਗੇੜਾ ਮਾਰ ਕੇ ਕਢਾ ਗਿਆ ਜਾਂ ਦੂਜੀਆਂ ਕਢਾ ਗਿਆ, ਮੈਂ ਜਿਹੜੀਆਂ ਦੋ ਤਿੰਨ ਸੀਟਾਂ ਦੀ ਗੱਲ ਕੀਤੀ ਹੈ, ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਵੀ ਉਹ ਸੋਚ ਸਕਦਾ ਕਿ ਭਾਈ ਆਹ ਤਾਂ ਸੱਚੀ ਗੱਲ ਹੈ, ਇਹ ਤਾਂ ਮਿਲ ਕੇ ਖੇਡੀ ਜਾਂਦੇ। ਜੀ, ਔਰ ਇੱਕ ਆਪਣੇ ਨਾਲ ਹੋਰ ਲਿਸਨਰ ਜੁੜੇ ਨੇ ਸੁਖਕਿਲ ਜੀ, ਤੇ ਉਹ ਵੀ ਇਹੀ ਪੁੱਛ ਰਹੇ ਨੇ ਕਿ ਜਿਸ ਤਰ੍ਹਾਂ ਕਿ ਹੁਣ ਅਕੋਰਡਿੰਗ ਟੂ ਜਿਹੜੇ ਹੁਣ ਐਗਜ਼ਿਟ ਪੋਲਸ ਆਏ ਨੇ ਉਹਨਾਂ ਦੇ ਹਿਸਾਬ ਨਾਲ ਤੇ ਲੱਗਦਾ ਹੈ ਕਿ ਉਹ ਤਾਂ ਇਹ ਕਹਿ ਰਹੇ ਨੇ ਕਿ ਬੀਜੇਪੀ ਹੀ ਜਿੱਤ ਰਹੀ ਹੈ, ਪਰ ਉਹ ਕਹਿੰਦੇ ਨੇ ਕਿ ਉਹਨਾਂ ਦਾ ਕੰਸਰਨ ਇਹ ਹੈਗਾ ਆ ਕਿ ਜੇ ਨਰਿੰਦਰ ਮੋਦੀ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਜਾਂਦੇ ਨੇ ਤੇ ਫਿਰ ਕੀ ਲੱਗਦਾ ਆ ਕਿ ਜਿਹੜੀ ਬਾਕੀ ਰਿਲੀਜਨਸ ਆ ਅਦਰ ਦੈਨ ਜਿਹੜੇ ਹਿੰਦੂ ਰਿਲੀਜਨ ਤੋਂ, ਉਹਨਾਂ ਦਾ ਕੁਛ ਬੈਟਰ ਹੋਏਗਾ ਕਿ ਵਰਸ ਹੋਏਗਾ? ਦੇਖੋ, ਜੇ ਤਾਂ ਮੇਰੀ ਜਿਹੜੀ ਪ੍ਰੈਡਿਕਸ਼ਨ ਆਉਂਦੀ ਆ, ਹਾਲਾਂਕਿ ਕਿਉਂਕਿ ਆਪਾਂ ਇੱਥੇ ਬੈਠੇ ਸੋਚ ਹੀ ਸਕਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਹੈ ਜਿੰਨੀ ਮਜ਼ੋਰਟੀ ਦੇ ਵਿੱਚ ਹੁਣ ਸਰਕਾਰ ਦੇ ਵਿੱਚ ਸੀ ਇਹੋ ਜਿਹੀ ਹੋਊਗੀ। ਜੇ ਮਜ਼ੋਰਟੀ ਦੇ ਵਿੱਚ ਨਹੀਂ ਆਉਂਦੀ, ਮਜ਼ੋਰਟੀ ਸਰਕਾਰ ਬਣਦੀ ਹੈ, ਬੀਜੇਪੀ ਹੈ ਚਾਹੇ ਕਾਂਗਰਸ ਹੈ ਕੋਈ ਵੀ ਹੈ, ਪਰ ਆਪਾਂ ਬੀਜੇਪੀ ਨੂੰ ਜਦੋਂ ਬਾਈ ਹੋਰਾਂ ਨੇ ਬੀਜੇਪੀ ਨਾਲ ਰਿਲੇਟਡ ਪੁੱਛਿਆ ਤਾਂ ਫਿਰ ਇਹੀ ਹੈ ਕਿ ਜੇ ਮਜ਼ੋਰਟੀ ਦੇ ਵਿੱਚੋਂ ਸਰਕਾਰ ਆਉਂਦੀ ਹੈ ਫਿਰ ਉਹ ਚੰਮਦੀਆਂ ਨਹੀਂ ਚਲਾ ਸਕਦੇ ਜਿਵੇਂ ਪਿਛਲੀ ਸਰਕਾਰ ਚ ਚਲਾਈਆਂ। ਔਰ ਇਹ ਵੀ ਚਰਚਾ ਨਾਲ ਨਾਲ ਚੱਲਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਸ਼ਾਇਦ ਨਾ ਬਣਾਇਆ ਜਾਵੇ ਦੂਜੀ ਵਾਰ, ਕਿਉਂਕਿ ਆਰਐਸਐਸ ਦੇ ਅੰਦਰ ਵੀ ਇਹ ਗੱਲਾਂ ਕਈ ਵਾਰੀ ਚਰਚਾ ਦੇ ਵਿੱਚ ਰਹੀਆਂ ਕਿ ਆਰਐਸਐਸ ਨੇ ਮੋਦੀ ਹੋਰਾਂ ਨੂੰ ਮੂਹਰੇ ਕੀਤਾ, ਕਿਉਂਕਿ ਸਾਰੀ ਕਮਾਂਡ ਬੀਜੇਪੀ ਸਮੇਤ 100 ਸ਼ਾਇਦ 12 ਜਾਂ 13 ਜਥੇਬੰਦੀਆਂ ਜੀ ਜਿਹਨਾਂ ਨੂੰ ਆਰਐਸਐਸ ਸਿੱਧੇ ਰੂਪ ਦੇ ਵਿੱਚ ਚਲਾਉਂਦੀ ਹੈ, ਇੱਕ ਇਕੱਲੀ ਬੀਜੇਪੀ ਨੀ, ਔਰ ਬੀਜੇਪੀ ਦਾ ਕਹਿ ਸਕਦਾ ਮੇਨ ਆ ਉਹਨਾਂ ਦੀ। ਪਰ ਉੱਥੇ ਇਹ ਗੱਲ ਹੈ ਕਿ ਜੇ ਮੋਦੀ ਹੋਰਾਂ ਦੀ ਨੂੰ ਉਹਨਾਂ ਨੇ ਲਿਆਂਦਾ ਸਾਹਮਣੇ, ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉਹਨਾਂ ਦੇ ਮੁਤਾਬਕ ਬਹੁਤਾ ਕੰਮ ਨਹੀਂ ਕੀਤਾ, ਹਾਲਾਂਕਿ ਹਿੰਦੂਤਵੀ ਏਜੰਡਾ ਹੈ ਆਰਐਸਐਸ ਲਈ ਤੇ ਅਮਿਤ ਸ਼ਾਹ ਤੇ ਮੋਦੀ ਹੋਰਾਂ ਨੇ ਆਪਦੇ ਤਰੀਕੇ ਨਾਲ ਕੰਮ ਕੀਤਾ, ਤੇ ਹੁਣ ਇਹ ਹੈ ਕਿ ਜੇ ਸਰਕਾਰ ਬਣਦੀ ਹੈ ਕਿਹਾ ਜਾ ਰਿਹਾ ਤੇ ਗਡਕਰੀ ਹੋ ਰਿਹਾ ਨਿਤਿਨ ਗਡਕਰੀ ਜਿਹੜੇ ਉਹਨਾਂ ਨੂੰ ਮੂਹਰੇ ਲਿਆਂਦਾ ਜਾ ਸਕਦਾ। ਸੋ ਬੇਸ਼ੱਕ ਹੁਣ ਪ੍ਰਚਾਰ ਆ ਮੋਦੀ ਦਾ ਚਿਹਰਾ ਗਿਆ, ਤੇ ਜੇ ਉਹ ਜਿਹੀ ਜਿੱਤ ਹਾਸਲ ਨਹੀਂ ਹੁੰਦੀ ਫਿਰ ਮੈਨੂੰ ਨੀ ਲੱਗਦਾ ਕਿ ਇਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਗੇ। ਦੂਜੀ ਗੱਲ ਹੈ ਜੇ ਇਹ ਬਣ ਜਾਂਦੇ ਆ ਤੇ ਮਿਨੋਰਟੀ ਦੇ ਵਿੱਚ ਸਰਕਾਰ ਬਣਦੀ ਹੈ ਕਿ ਕਿਸੇ ਹੋਰ ਦੇ ਨਾਲ ਅਲਾਇੰਸ ਕਰਨਾ ਪੈਂਦਾ ਅਕਾਲੀ ਦਲ ਨੂੰ ਛੱਡ ਕੇ ਬਾਕੀ ਧਿਰਾਂ ਦੇ ਨਾਲ ਸੈਕੂਲਰ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ, ਤਾਂ ਫਿਰ ਇਹ ਹੋ ਵੀ ਸਕਦਾ ਕਿ ਇਹ ਇਹੋ ਜਿਹੀਆਂ ਕੋਸ਼ਿਸ਼ਾਂ ਨਾ ਕਰਨ। ਪਰ ਜੇ ਮਿਨੋਰਟੀ ਦੀ ਥਾਂ ਤੇ ਮੈਜੋਰਟੀ ਦੇ ਵਿੱਚ ਸਰਕਾਰ ਬਣਦੀ ਹੈ ਫਿਰ ਤਾਂ ਇਹ ਹੈ ਕਿ ਬਾਕੀ ਧਰਮਾਂ ਜਾਤਾਂ ਦੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਸੋਚ ਹੀ ਸਕ ਰਹੇ ਹੋ, ਤੇ ਬਾਕੀ ਹੋਰ ਕੀ ਕਿੰਨਾ ਨੁਕਸਾਨ ਹੋ ਸਕਦਾ ਇਹਦੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ। ਜੀ, ਔਰ ਪ੍ਰੋਗਰਾਮ ਦੇ ਨਾਲ ਜੁੜੇ ਨੇ ਪਰਮਜੀਤ ਕੌਰ ਜੀ, ਪਰਮਜੀਤ ਸਿੰਘ, ਔਰ ਨਾਲ ਦੀ ਨਾਲ ਰਵ ਕੈਂਥ ਜੀ, ਤੇ ਨਾਲ ਜੁੜੇ ਨੇ ਬੈਨੀਪਾਲ ਜੀ,
और जगमोहन सिंह जी दुबई तो दलबीर जी कुवैत तो प्रोग्राम दे नाल जुड़े ने। इस प्रोग्राम दे नाल जुड़ने दे लई सारयां दा बहुत बहुत शुक्रिया। ते टाइम अपने कोल हुण रह गए हैगे आ 5 मिनट ते इहदे विच आपां केहड़ी गल कर सकदे आ। 5 ਮਿੰਟਾਂ ਤੋਂ ਬਹੁਤ ਕੁਝ ਹੋ ਜਾਂਦਾ, 10 ਮਿੰਟ ਚ ਐਡ ਆ ਜਾਂਦੇ ਹੁੰਦੇ 10 ਸੈਕਿੰਡ ਐਡ। ਅਸੀਂ ਸਾਰੀਆਂ ਸੀਟਾਂ ਪੰਜਾਬ ਦੀਆਂ ਜਿਹੜੀਆਂ ਉਹ ਸਾਰੇ ਬੰਦੇ ਸੁਣਨਾ ਚਾਹੁੰਦੇ ਹੋਣਗੇ, ਇੱਕ ਵਾਰ ਮੋਟੀ ਮੋਟੀ ਨਜ਼ਰ ਮਾਰ ਲੈਂਦੇ ਹਾਂ। ਪਰ ਆਪਾਂ ਇਹ ਵੀ ਦੱਸਦੇ ਕਿ ਸਾਧੇ ਤਵੀਕਾਂ ਤੇ ਰਹਿਣ ਵਾਲੀ ਗੱਲ ਕੋਈ ਨਹੀਂ। ਜੇ ਸਭ ਤੋਂ ਪਹਿਲਾਂ ਅਸੀਂ ਅੰਮ੍ਰਿਤਸਰ ਦੀ ਗੱਲ ਕਰਾਂਗੇ ਤਾਂ ਉੱਥੇ ਵੋਟਿੰਗ ਬੇਸ਼ੱਕ 56% ਪਈ ਹੈ, ਪਰ ਕਿਹਾ ਜਾਂਦਾ ਕਿ ਕਾਂਗਰਸ ਵਧੀਆ ਰਹੂਗੀ, ਵਧੀਆ ਰਹੂਗੀ ਤੋਂ ਬਾਅਦ ਜਿੱਤਦੀ ਹੈ। ਇਹ ਗੱਲ ਕਲੀਅਰ ਕਰਨੀ ਹਜੇ ਸਾਡੇ ਵਾਸਤੇ ਨਹੀਂ, ਚੋਣ ਕਮਿਸ਼ਨ ਨੇ ਦੱਸਣਾ। ਦੂਜੀ ਸੀਟ ਹੈ ਜਿਹੜੀ ਉਹ ਬਠਿੰਡੇ ਵਾਲੀ ਰੱਖ ਲਓ, ਬੀਪੁਰ ਬਠਿੰਡਾ ਤੇ ਬਠਿੰਡੇ ਦੇ ਵਿੱਚ ਅਕਾਲੀ ਤੇ ਕਾਂਗਰਸ ਦਾ ਫਸਵਾਂ ਮੁਕਾਬਲਾ ਸੀ। ਇੱਥੇ ਆ ਬੀਤੇ 2 ਦਿਨਾਂ ਦੇ ਵਿੱਚ ਜਿਹੜੇ ਜੋੜ ਤੋੜ ਹੋਏ ਹੋਣਗੇ ਉਹਨਾਂ ਨੇ ਵੋਟਾਂ ਨੂੰ ਇੱਧਰ ਉੱਧਰ ਕਰਨਾ। ਇੱਥੇ ਜਿੰਨੀ ਵੋਟ ਪਰਸੈਂਟੇਜ ਹੋਈ ਹੈ ਇਹ ਸਵਾਲ ਤਾਂ ਖੜੇ ਕਰਦੀ ਹੈ। ਹੁਣ ਦੇਖਣਾ ਇਹ ਹੈ ਕਿ ਰਾਜਾ ਵੜਿੰਗ ਕਿੰਨਾ ਕੁ ਮਜ਼ਬੂਤ ਉਮੀਦਵਾਰ ਰਹਿੰਦਾ ਹੈਗਾ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਮੁਕਾਬਲੇ ਦੇ ਵਿੱਚ। ਪਰ ਜੇ ਪਿੰਡਾਂ 'ਚ ਦੇਖੋਗੇ ਤਾਂ ਅਗਲੇ ਕਹਿੰਦਾ ਰਾਜਾ ਵੜਿੰਗਾ ਜਿਹੜਾ ਬਾਣੀ ਪਾਈ ਫਿਰਦਾ। ਤੀਜੀ ਸੰਗਰੂਰ ਦੀ ਸੀਟ ਹੈ, ਇੱਥੋਂ ਭਗਵੰਤ ਮਾਨ ਹੋਰਾਂ ਦੇ ਬਾਰੇ ਕਿਹਾ ਹੀ ਜਾ ਰਿਹਾ ਕਿ ਉਹ ਜਿੱਤ ਦੇ ਜਮਾਂ ਹੀ ਨੇੜੇ ਆ, ਹਜੇ ਐਲਾਨ ਹੋਣਾ ਬਾਕੀ ਹੈ, ਜਿੱਤ ਸਾਡੀ ਪੱਕੀ ਹੈ। ਤੇ ਇਹ ਗੱਲ ਕਹੀ ਜਾ ਸਕਦੀ ਹੈ ਉੱਥੇ। ਪਰ ਓਵਰਆਲ ਜੇ ਤੁਸੀਂ ਇਲਾਕੇ ਦੇ ਲੋਕਾਂ ਦੀ ਗੱਲ ਕਰੋਗੇ ਤਾਂ ਉੱਥੋਂ, ਕਿਉਂਕਿ ਰਾਤ ਵੀ ਮੈਂ ਸੰਗਰੂਰ ਹਲਕੇ 'ਚ ਸੀ ਤਾਂ ਉੱਥੇ ਕਹਿੰਦੇ ਕਿ ਜੀ ਅਕਾਲੀ ਦਲ ਵੀ ਜਿਹੜਾ ਮਜ਼ਬੂਤ ਸੀ ਔਰ ਕਾਂਗਰਸ ਵੀ ਉੱਥੇ ਟੱਕਰ 'ਚ ਸੀ। ਇੱਥੇ ਬੇਸ਼ੱਕ ਹਾਲ ਦੀ ਘੜੀ ਭਗਵੰਤ ਮਾਨ ਹੋਰਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਚਰਚਾ ਪੂਰਾ, ਪਰ ਕਈ ਜੋੜ ਤੋੜ ਹੋ ਜਾਂਦੇ ਹੁੰਦੇ ਆ, ਉੱਥੋਂ ਪਤਾ ਨੀ ਲੱਗਦਾ ਕਿੱਧਰ ਨੂੰ ਕਿਵੇਂ ਜਾਂਦੀ ਹੈ। ਪਰ ਪਟਿਆਲਾ ਦੇ ਵਿੱਚ ਵੋਟ ਪਰਸੈਂਟੇਜ ਹੈ ਜਿਹੜੀ ਉਹ 65% ਹੋਣੀ ਕਈ ਸਵਾਲ ਜੇ ਖੜੇ ਕਰਦੀ ਹੈ। ਇੱਥੇ ਡਾਕਟਰ ਗਾਂਧੀ ਹੋ ਰਹੇ ਆ ਜਿਹੜੇ ਉਹ ਪੂਰੇ ਫਸਵੇਂ ਮੁਕਾਬਲੇ ਦੇ ਵਿੱਚ ਸੀਗੇ, ਉਹਨਾਂ ਨੇ ਬੜੀ ਨੈਕ ਟੂ ਨੈਕ ਫਾਈਟ ਹੈ ਜਿਹੜੀ ਮੈਡਮ ਪਰਨੀਤ ਕੌਰ ਨੂੰ ਦਿੱਤੀ ਹੈ। ਪਰ ਉੱਥੇ ਸਵਾਲ ਨਾਲ ਇਹ ਵੀ ਹੈ ਕਿ ਵੋਟਾਂ ਉਹਨਾਂ ਨੇ ਕਿਵੇਂ ਭੁਗਤਾਈਆਂ, ਡਾਕਟਰ ਗਾਂਧੀ ਹੋਰਾਂ ਨੇ ਉਹਨਾਂ ਨੇ ਉਹਨਾਂ ਦਾ ਕਾਡਰ ਕਿਵੇਂ ਕੰਮ ਕਰੂਗਾ। ਹਾਲਾਂਕਿ ਉਹਨਾਂ ਦੇ ਨਾਲ ਜਿਹੜੀਆਂ ਬਾਕੀ ਪਾਰਟੀਆਂ ਦਾ ਅਲਾਇੰਸ ਸੀ ਉਹਨਾਂ ਦੇ ਕੋਲੇ ਉਮੀਦਵਾਰ ਸੀਗੇ, ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਸਾਰਿਆਂ ਨੇ ਇਹ ਦੱਸਦਾ ਕਿ ਐਤਕੀ ਭਾਈ ਹਾਥੀ ਵਾਲਿਓ ਆਪਾਂ ਐਤਕੀ ਚੋਣ ਨਿਸ਼ਾਨਾ ਜਿਹੜਾ ਮਾਈਕ ਉਹਨੂੰ ਵੋਟ ਪਾਉਣੀ ਹੈ। ਕਿਉਂਕਿ ਜਦੋਂ ਵੀ ਡਾਕਟਰ ਗਾਂਧੀ ਹੋਰ ਪਿੰਡਾਂ 'ਚ ਜਾਂਦੇ ਸੀ ਉੱਥੇ ਸਾਰੇ ਕਹਿੰਦੇ ਪਹਿਲਾਂ ਵੀ ਝਾੜੂ ਨੂੰ ਪਾਏ ਸੀ ਐਤਕੀ ਪਾਵਾਂਗੇ, ਉਹ ਡਾਕਟਰ ਸਾਹਿਬ ਦੱਸਦੇ ਸੀ ਕਿ ਐਤਕੀ ਅਸੀਂ ਝਾੜੂ ਵਾਲੇ ਨਹੀਂ ਜੀ, ਅਸੀਂ ਮਾਈਕ ਵਾਲੇ ਹਾਂ ਜੀ। ਨਾਲ ਫਿਰੋਜ਼ਪੁਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰੇ ਉਮੀਦਵਾਰ ਨੇ, ਸ਼ੇਰ ਸਿੰਘ ਘੁਬਾਇਆ ਇਹਨਾਂ ਦੀ ਪਾਰਟੀ ਦੇ ਹੁੰਦੇ ਸੀ, ਉਹ ਫਿਲਮ ਦੀ ਪ੍ਰਾਪਤੀ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਆ ਗਏ। ਹੁਣ ਉੱਥੇ ਵੀ ਮੁਕਾਬਲਾ ਜਿਹੜਾ ਉਹ ਫਸਣਾ ਹੈ। ਉੱਥੇ ਕਿਹਾ ਜਾਂਦਾ ਕਿ ਅਕਾਲੀ ਦਲ ਆਪਦੇ ਵੱਲੋਂ ਮੰਨੀ ਬੈਠਾ ਕਿ ਸੀਟ ਅਸੀਂ ਕੱਢਾਂਗੇ, ਪਰ ਸੁਖਵੀਰ ਸਿੰਘ ਬਾਦਲ ਹੋ ਰਿਹਾ ਉਹ ਹੋਰਾਂ ਹਲਕਿਆਂ ਦੇ ਪ੍ਰਚਾਰ 'ਚ ਵੀ ਜੀ ਰਹੇ, ਖਾਸ ਕਰਕੇ ਬਠਿੰਡੇ ਵਾਲੇ ਪਾਸੇ। ਤੇ ਇੱਥੋਂ ਪਲਟਾ ਵੱਜ ਵੀ ਸਕਦਾ ਜੇ ਉੱਥੋਂ ਸੁਖਵੀਰ ਸਿੰਘ ਬਾਦਲ ਹਾਰ ਰਹੇ, ਹੈਰਾਨੀ ਵਾਲੀ ਗੱਲ ਨਹੀਂ ਹੋਣੀ। ਪਰ ਇਹ ਕਿ ਜਿੱਤਣ ਦਾ ਸਾਰਾ ਜੁਗਾੜ ਉਹਨੇ ਕੀਤਾ ਹੋਇਆ। ਫਰੀਦਕੋਟ ਸੀਟ ਤੋਂ ਮੁਹੰਮਦ ਸਦੀਕ ਹੋ ਰਿਹਾ, ਉਹ ਮਜ਼ਬੂਤ ਉਮੀਦਵਾਰ ਆ ਬਾਕੀਆਂ ਦੇ ਮੁਕਾਬਲੇ। ਸਾਧੂ ਸਿੰਘ ਜਿਹੜੇ ਨੇ ਪ੍ਰੋਫੈਸਰ ਸਾਧੂ ਸਿੰਘ ਉਹ ਆਪ ਦੇ ਵੱਲੋਂ ਹੈ, ਪਰ ਉਹਨਾਂ ਨੇ ਇੱਥੇ ਬਹੁਤਾ ਕੰਮ ਨਹੀਂ ਕਰ ਸਕੇ। ਕੰਮ ਇਹ ਨਹੀਂ ਕਿ ਉਹਨਾਂ ਨੇ ਗ੍ਰਾਂਟਾਂ ਮੰਗੀਆਂ ਸੀ, ਉਹ ਨਿਕਲ ਨਹੀਂ ਸਕੇ, ਇੱਕ ਸਿਹਤ ਮਾੜੀ ਸੀ ਜਾਂ ਬਾਕੀ ਸੋਚਿਆ ਹੋਣਾ ਤੇ ਲੋੜ ਹੈ ਨੀ। ਜੇ ਇੱਥੇ ਕੋਈ ਸਾਧੂ ਸਿੰਘ ਦੀ ਥਾਂ ਤੇ ਹੋਰ ਉਮੀਦਵਾਰ ਹੁੰਦਾ ਆਪ ਦਾ ਪ੍ਰਦਰਸ਼ਨ ਬੜਾ ਵਧੀਆ ਰਹਿਣਾ ਸੀ, ਪਰ ਜਿਹੜਾ ਉਹਨਾਂ ਨੂੰ ਵੋਟ ਸ਼ੇਅਰ ਸੀ ਉਹਨੂੰ ਬਣਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਹੈ ਬਲਦੇਵ ਸਿੰਘ ਜੈਤੋ ਹੋਰੇ, ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਦੇ ਨਾਲ ਸੰਬੰਧਿਤ ਨੇ। ਬਲਦੇਵ ਸਿੰਘ ਜੈਤੋ ਦਾ ਇੱਕ ਨੈਗੇਟਿਵ ਪੁਆਇੰਟ ਇਹ ਹੈ ਕਿ ਉਹਨਾਂ ਨੇ ਬਾਕੀ ਬੇਸ਼ੱਕ ਪ੍ਰਚਾਰ ਕੀਤਾ, ਪਰ ਆਪਦੇ ਉਸ ਹਲਕੇ 'ਚ ਜਿੱਥੋਂ ਜਿੱਤੇ ਸੀ ਉੱਥੇ ਉਹਨਾਂ ਨੇ ਦਫ਼ਤਰ ਤੱਕ ਨਹੀਂ ਖੋਲਿਆ ਸੀ। ਇਟ ਮੀਨਸ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਨੂੰ ਉਸੀ ਉਹੀ ਇਲਾਕੇ 'ਚੋਂ ਖਤਰਾ ਜਿੱਥੋਂ ਦੇ ਲੋਕਾਂ ਨੇ ਜਿਤਾਇਆ ਸੀ, ਤੇ ਇੱਥੋਂ ਮੁਹੰਮਦ ਸਦੀਕ ਨੂੰ ਉਹਨਾਂ ਨੇ ਹਰਾਇਆ ਸੀ ਤੇ ਮੁਹੰਮਦ ਸਦੀਕ ਮੈਦਾਨ 'ਚ ਹੈ। ਗੁਲਜਾਰ ਸਿੰਘ ਰਣੀਕੇ ਹੋ ਰਿਹਾ ਅਕਾਲੀ ਦਲ ਦੇ ਉਮੀਦਵਾਰ ਆ, ਪਰ ਜਿਹੜੇ ਪਿੰਡ 'ਚ ਜਾਂਦੇ ਸੀ ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹ ਤੀਜੇ ਨੰਬਰ ਤੇ ਵੀ ਆ ਸਕਦੇ ਆ। ਰਹੀ ਗੱਲ ਲੁਧਿਆਣੇ ਦੀ, ਇੱਥੇ ਬੈਂਸ ਸਿਮਰਜੀਤ ਬੈਂਸ ਵਰਸਿਜ ਬਿੱਟੂ, ਇਹ ਬੜਾ ਫਸਵਾਂ ਮੁਕਾਬਲਾ ਹੈ ਔਰ ਦੋਹਾਂ ਦੇ ਬਾਰੇ ਅੱਜ ਕੁਛ ਵੀ ਕਹਿਣਾ ਬੜਾ ਮੁਸ਼ਕਿਲ ਹੈ। ਅਨੰਦਪੁਰ ਸਾਹਿਬ ਤੋਂ ਬੇਸ਼ੱਕ ਪ੍ਰੇਮ ਸਿੰਘ ਚੰਦੂਮਾਜਰਾ ਸਿਟਿੰਗ ਮੈਂਬਰ ਪਾਰਲੀਮੈਂਟ ਨੇ, ਪਰ ਉੱਥੇ ਅਨੰਦਪੁਰ ਵਾਲੀ ਸੀਟ ਦੇ ਉੱਤੇ ਜੇ ਅਸੀਂ ਧਿਆਨ ਮਾਰਦੇ ਹਾਂ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੀ ਜਿੱਤ ਨੇੜੇ ਤੇੜੇ ਹੈਗੀ ਆ। ਮਨੀਸ਼ ਤਿਵਾੜੀ ਉੱਥੇ ਸਰਗਰਮ ਨੇ, ਹਾਲਾਂਕਿ ਵੀਰ ਦਵਿੰਦਰ ਸਿੰਘ ਹੋ ਰਿਹਾ ਜਿਹੜੇ ਉਹ ਟਕਸਾਲੀ ਅਕਾਲੀ ਦਲ ਦੇ ਵੱਲੋਂ ਮੈਦਾਨ ਦੇ ਵਿੱਚ ਹੈ ਤੇ ਨਾਲ ਆਪ ਦੇ ਵੱਲੋਂ ਸ਼ੇਰ ਗਿੱਲ ਹੋ ਰਿਹਾ। ਇਹ ਵੋਟ ਜਿਹੜੀ ਵੰਡੀ ਜਾਣੀ ਇਹਦਾ ਫਾਇਦਾ ਕਾਂਗਰਸ ਨੂੰ ਹੋਣ ਦੇ ਅਸਾਰ ਹੈ। ਤੇ ਖਨੂਰ ਸਾਹਿਬ ਸੀਟ ਦੇ ਉੱਤੇ ਸਾਰਿਆਂ ਦਾ ਧਿਆਨ ਲੱਗਿਆ ਰਹਿੰਦਾ, ਉੱਥੇ ਬੀਬੀ ਖਾਲੜਾ ਉਧਰੋਂ ਜੰਗੀਰ ਕੌਰ ਹੋਰੇ ਤੇ ਨਾਲ ਡਿੰਪਾ ਮੈਦਾਨ ਦੇ ਵਿੱਚ ਹੈ ਕਾਂਗਰਸ ਦੇ ਵੱਲੋਂ। ਮੁਕਾਬਲਾ ਪਹਿਲਾਂ ਇਹ ਸੀ ਕਿ ਡਿੰਪਾ ਜਾਂ ਉਹਨਾਂ ਦੇ ਹਮਾਇਤੀ ਮੰਨਦੇ ਸੀ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਇੱਥੇ 9 ਦੇ 9 MLA ਸਾਡੇ ਨੇ, ਇਸ ਕਰਕੇ ਅਸੀਂ ਤਾਂ ਜਿੱਤ ਜਾਣਾ। ਅਸੀਂ ਵੀ ਉਦੋਂ ਜਾ ਕੇ ਦੇਖਣ ਲੱਗਦੇ ਹਾਲਾਤ ਇਹੋ ਜਿਹੇ ਸੀ, ਪਰ ਮਗਰਲੇ ਦਿਨਾਂ ਦੇ ਵਿੱਚ ਬੀਬੀ ਖਾਲੜਾ ਹੋਰਾਂ ਦੀ ਜਿਹੜੀ ਬੇਬ ਪੂਰੀ ਪੱਕ ਗਈ ਸੀ,
ਹਾਲਾਂਕਿ ਮਾਝੇ ਦੇ ਦੋ ਜਿਹੜੇ ਹਲਕੇ ਨੇ ਉਹ ਕਹਿੰਦੇ ਅਸੀਂ ਜਗੀਰ ਕੌਰ ਹੋਰਾਂ ਨੂੰ ਥੋੜਾ ਜਿਹਾ ਚੰਗਾ ਸਮਝਦੇ ਹਾਂ, ਬਾਕੀ ਤਾਂ ਹੁਣ ਸਮੇਂ ਨੇ ਦੱਸਣਾ ਜੀ, ਔਰ ਇਹ ਹਾਲਾਤ ਨੇ, ਦਿਨ ਤਿੰਨ ਬਾਕੀ ਹੈ ਜੀ। ਔਰ ਦੋਸਤੋ ਅੱਜ ਦਾ ਜਿਹੜਾ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਮੈਨੂੰ ਆਪਣੇ ਸੁਝਾਅ ਭੇਜ ਸਕਦੇ ਹੋ, ਤੁਸੀਂ ਫੇਸਬੁੱਕ 'ਤੇ ਪੇਜ ਆਵਾਜ਼ ਇੰਟਰਨੈਸ਼ਨਲ 'ਤੇ ਵੀ ਮੈਸੇਜ ਕਰ ਸਕਦੇ ਹੋ। ਅਤੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਆਵਾਜ਼ ਇੰਟਰਨੈਸ਼ਨਲ ਦਾ, ਜੋ ਕਿ VPO ਵੈਬ ਇੰਟਰਨੈਸ਼ਨਲ ਮੀਡੀਆ ਦੀ ਟੀਮ ਵੱਲੋਂ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਗਿਆ। ਸੋ ਸੁਖਨੇਵ ਜੀ, ਕੋਈ ਐਂਡ ਦੇ ਵਿੱਚ ਤੁਸੀਂ ਕੁਛ ਐਡ ਕਰਨਾ ਚਾਹੋ ਤਾਂ? ਐਂਡ ਦੇ ਵਿੱਚ ਤਾਂ ਇਹੀ ਹੈ ਜੀ ਕਿ ਹੁਣ ਚਲੋ ਮੈਂ ਆਪਦੇ ਇਲੈਕਸ਼ਨ ਵਾਲੇ ਰਜੇਵਿਆਂ ਤੋਂ ਵਿਹਲਾ ਹੋ ਗਿਆ, ਕੋਸ਼ਿਸ਼ ਕਰੂੰਗਾ ਕਿ ਹੁਣ ਮੈਂ ਪੂਰਾ ਇੱਕ ਘੰਟਾ ਜਿਹੜੀ ਉਹ ਹਾਜ਼ਰੀ ਲਾ ਦਿਆ ਕਰਾਂ, ਅਤੇ ਬਾਕੀ ਤਾਂ ਸਾਂਝਾਂ ਜਿਹੜੀਆਂ ਇਸ ਤਰੀਕੇ ਨਾਲ ਬਰਕਰਾਰ ਰਹਿਣਗੀਆਂ। ਇਸ ਤੋਂ ਬਾਅਦ ਆਪਾਂ ਦੂਸਰੇ ਪਾਸੇ ਚੰਨ ਪ੍ਰਦੇਸ਼ੀ 'ਤੇ ਵੀ ਜੁੜਦੇ ਰਹਿਣਾ ਜੀ। ਬਹੁਤ ਧੰਨਵਾਦ ਸਾਰੇ ਸੋਚਣ ਦਾ ਜੀ। ਜੀ, ਔਰ ਥੈਂਕਸ ਟੂ ਯੂ ਟੂ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸੋ ਦੋਸਤੋ, ਇਹ ਸੀ ਅੱਜ ਦਾ ਆਵਾਜ਼ ਇੰਟਰਨੈਸ਼ਨਲ ਦਾ ਐਪੀਸੋਡ, ਅਤੇ ਕੱਲ੍ਹ ਨੂੰ ਯਾਨੀ ਕਿ ਮੰਡੇ ਦੀ ਸਵੇਰ ਨੂੰ ਟੋਰਾਂਟੋ ਟਾਈਮ 8 ਵਜੇ ਚੰਨ ਪਰਦੇਸੀ ਰੇਡੀਓ 'ਤੇ ਹੋਏਗੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ। ਸੋ ਅਗਲੇ ਹਫ਼ਤੇ ਇਸੀ ਟਾਈਮ 'ਤੇ ਅਗਲਾ ਐਪੀਸੋਡ ਲੈ ਕੇ ਪੰਜਾਬ ਰੌਕਸ ਦੇ ਉੱਪਰ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਜਦ ਤੱਕ ਹੈਵ ਅ ਸੇਫ ਵਰਕਿੰਗ ਵੀਕ, ਔਰ ਜਿਹੜੇ ਕਨੇਡੀਅਨਸ ਨੇ ਔਰ ਸਕਾਟਲੈਂਡ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਹੈਪੀ ਵਿਕਟੋਰੀਆ ਡੇ ਐਜ਼ ਵੈਲ। ਸੋ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਆਬਾਦ ਰਹੋ।